ਹੈਲੋ एवरीवन मोस्ट वेलकम टू आवर चैनल राइट ऑन ਤਾਂ ਜੇ ਤੁਸੀਂ ਵੀ ਤਿਆਰੀ ਕਰ ਰਹੇ ਹੋ ਪੀਐਸਟੇਟ ਦਿੱਲੀ ਸੀਟ ਐਟ ਦਿੱਲੀ ਜਾਂ ਫਿਰ ਮੈਥ ਮਾਸਟਰ ਕੈਡਰ ਦੇ ਲਈ ਤਾਂ ਜਰੂਰ ਸਬਸਕ੍ਰਾਈਬ ਕਰੋ ਇਸ ਚੈਨਲ ਨੂੰ ਇਹ ਤੁਹਾਡੇ ਲਈ ਬਹੁਤ ਹੀ ਬੈਨੀਫੀਸ਼ੀਅਲ ਹੋਏਗਾ ਅੱਜ ਆਪਾਂ ਕੰਟੀਨਿਊ ਕਰਦੇ ਆ ਆਪਣੇ ਪੰਜਾਬੀ ਦੇ ਸਿਲੇਬਸ ਨੂੰ ਦੇਖੋ ਪੰਜਾਬੀ ਦੇ ਸਿਲੇਬਸ ਦਾ ਜੋ ਨੈਕਸਟ ਟੌਪਿਕ ਆਪਾਂ ਸ਼ੁਰੂ ਕਰ ਰਹੇ ਹਾਂ ਸੈਵਨਥ ਟੌਪਿਕ ਹੈ ਆਪਣਾ ਠੀਕ ਹੈ ਪਹਿਲੇ 6 ਟੌਪਿਕ ਆਪਨੇ ਕੰਪਲੀਟ ਹੋ ਚੁੱਕੇ ਨੇ ਪਲੇਲਿਸਟ ਤੁਹਾਨੂੰ ਮਿਲ ਜਾਏਗਾ ਬਾਕੀ ਸਬਜੈਕਟ ਦਾ ਸਿਲੇਬਸ ਵੀ ਆਪਾਂ ਸ਼ੁਰੂ ਕਰ ਚੁੱਕੇ ਹਾਂ ਸੀਡੀਪੀ ਮੈਥ ਇੰਗਲਿਸ਼ ਤਾਂ ਤੁਸੀਂ ਉੱਥੇ ਜਾ ਕੇ ਚੈਨਲ ਤੇ ਜਾ ਕੇ ਚੈੱਕ ਕਰ ਸਕਦੇ ਹੋ ਜੇਕਰ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਬਿਲਕੁਲ ਐਜ਼ ਇਕ ਕੰਪਲੀਟ ਕੋਰਸ ਦੀ ਤਰ੍ਹਾਂ ਤੁਹਾਨੂੰ ਮਿਲੇਗਾ ਠੀਕ ਹੈ ਤੇ ਅੱਜ ਆਪਾਂ ਕੰਟੀਨਿਊ ਕਰ ਰਹੇ ਹਾਂ ਆਪਣੇ ਫਰਸਟ ਸੈਵਨਥ ਟੌਪਿਕ ਦੇ ਨਾਲ ਸੌਰੀ ਹੁਣ ਜੋ ਕਿ ਰੈਨ ਵਾਲਾ ਪੰਜਾਬੀ ਦਾ ਬਿਲਕੁਲ ਜੋ ਵੀ ਸਟੂਡੈਂਟਸ ਪੀਐਸ ਟੈਟ ਜਾਂ ਸੀਟੈਟ ਦੇ ਵਿੱਚ ਪੰਜਾਬੀ ਲੈਂਗੁਏਜ ਲੈਂਦੇ ਨੇ ਤਾਂ ਹਰ ਇੱਕ ਲਈ ਇਹ ਜੋ ਪੂਰਾ ਪੂਰਾ ਆਪਾਂ ਕਹਿ ਸਕਦੇ ਹਾਂ ਸੀਰੀਜ਼ ਦਾ ਸੈਸ਼ਨ ਹੈ ਇਹ ਹੈਲਪਫੁਲ ਹੋਊਗਾ ਇੱਕ ਪੂਰਾ ਸਿਲੇਬਸ ਤੁਹਾਨੂੰ ਮਿਲ ਰਿਹਾ ਹੈ ਤਾਂ ਜ਼ਰੂਰ ਇਸ ਨੂੰ ਚੰਗੇ ਤਰ੍ਹਾਂ ਤੁਸੀਂ ਤਿਆਰੀ ਇਸ ਤਰੀਕੇ ਨਾਲ ਕਰ ਸਕਦੇ ਹੋ ਠੀਕ ਹੈ ਤਾਂ ਅ ਮੁਲਾਂਕਣਿਕ ਬਹੁਤ ਇੰਪੋਰਟੈਂਟ ਟੌਪਿਕ ਹੈ ਠੀਕ ਹੈ ਜੀ ਇਹ ਦੋ ਜਾਂ ਤਿੰਨ ਵੀਡੀਓਜ਼ ਦੇ ਵਿੱਚ ਆਪਣਾ ਕਵਰ ਹੋਏਗਾ ਤਾਂ ਅੱਜ ਇਸ ਨੂੰ ਸਟਾਰਟ ਕਰਦੇ ਆਂ ਤੇ ਅ ਇਸ ਤੋਂ ਪਹਿਲਾਂ ਦੇ ਜੋ ਟੌਪਿਕ ਨੇ ਤੁਹਾਨੂੰ ਮਿਲ ਜਾਣਗੇ ਅੱਜ ਦਾ ਜੋ ਟੌਪਿਕ ਉਹ ਹੈ ਮੁਲਾਂਕਣ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਇਵੈਲੂਏਸ਼ਨ ਵੀ ਬੋਲ ਦਿੰਦੇ ਆਂ ਠੀਕ ਹੈ ਬਹੁਤ ਇੰਪੋਰਟੈਂਟ ਟੌਪਿਕ ਹੈ ਕੁਐਸਚਨ ਬਣ ਜਾਂਦਾ ਹੈ ਠੀਕ ਹੈ ਅੱਜ ਦੋ ਜਾਂ ਤਿੰਨ ਵੀਡੀਓਜ਼ ਦੇ ਵਿੱਚ ਇਸ ਨੂੰ ਕਵਰ ਕਰ ਲਵਾਂਗੇ ਤਾਂ ਬਿਲਕੁਲ ਸਟਾਰਟ ਕਰਦੇ ਆਂ ਦੇਖੋ ਪਹਿਲੀ ਗੱਲ ਤਾਂ ਆਪ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੁਲਾਂਕਣ ਕੀ ਹੁੰਦਾ ਹੈ ਕਲੀਅਰ ਤਾਂ ਸਭ ਤੋਂ ਪਹਿਲਾਂ ਆਪਾਂ ਇੱਕ ਕਲੀਅਰ ਹੋਣਾ ਚਾਹੀਦਾ ਕਿ ਮੁਲਾਂਕਣ ਕੀ ਹੁੰਦਾ ਹੈ ਦੇਖੋ ਜੋ ਮੁਲਾਂਕਣ ਹੁੰਦਾ ਹੈ ਉਸ ਦਾ ਮਤਲਬ ਹੁੰਦਾ ਹੈ ਕਿ ਆਪਾਂ ਬੱਚੇ ਨੂੰ ਬੱਚੇ ਨੇ ਸਿੱਖਿਆ ਹੈ ਬੱਚਨੇ ਲਰਨਿੰਗ ਕੀਤੀ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਨੂੰ ਕਿੱਦਾਂ ਪਤਾ ਲੱਗੇਗਾ ਕਿ ਬੱਚੇ ਦੇ ਬਿਹੇਵੀਅਰ ਦੇ ਵਿੱਚ ਜਾਂ ਬੱਚੇ ਦੀ ਨੌਲੇਜ ਦੇ ਵਿੱਚ ਕਿੰਨਾ ਕੁ ਚੇਂਜ ਆਇਆ ਹੈ ਉਸ ਦੇ ਲਈ ਆਪਾਂ ਕੁਝ ਵੀ ਕਿਸੇ ਵੀ ਤਰੀਕੇ ਦਾ ਟੈਸਟ ਹੋ ਸਕਦਾ ਹੈ ਠੀਕ ਹੈ ਐਕਟੀਵਿਟੀਆਂ ਦੇ ਥਰੂ ਜਾਂ ਗੱਲਬਾਤ ਕਰਕੇ ਆਪਾਂ ਬੱਚੇ ਦੀ ਨੌਲੇਜ ਨੂੰ ਚੈੱਕ ਕਰਦੇ ਹਾਂ ਜਾਂ ਫਿਰ ਬੱਚੇ ਦੇ ਬਿਹੇਵੀਅਰ ਨੂੰ ਚੈੱਕ ਕਰਦੇ ਹਾਂ ਠੀਕ ਹੈ ਉਸ ਦੇ ਆਪਾਂ ਥੋੜਾ ਅਬਜ਼ਰਵ ਕਰਦੇ ਹਾਂ ਉਸ ਠੀਕ ਹੈ ਉਸ ਬਿਹੇਵੀਅਰ ਤੋਂ ਬਾਅਦ ਆਪਾਂ ਉਹ ਜੋ ਟੈਸਟ ਹੈ ਆਪਾਂ ਇੱਕ ਤਰੀਕੇ ਨਾਲ ਬੋਲ ਸਕਦੇ ਹਾਂ ਜੇ ਇੱਕ ਐਕਟੀਵਿਟੀ ਦੇ ਥਰੂ ਆਪਾਂ ਦੇਖਦੇ ਹਾਂ ਜੋ ਨੌਲੇਜ ਉਸ ਬੱਚੇ ਦੀ ਚੈੱਕ ਕਰਦੇ ਹਾਂ ਜਾਂ ਬਿਹੇਵੀਅਰ ਦੇਖਦੇ ਹਾਂ ਉਸ ਨੂੰ ਆਪਾਂ ਕੀ ਬੋਲਦੇ ਹਾਂ ਮੁਲਾਂਕਣ ਬੋਲਦੇ ਹਾਂ ਜਿਸ ਦੇ ਨਾਲ ਆਪਾਂ ਨੂੰ ਇਹ ਕਲੀਅਰ ਹੋ ਜਾਂਦਾ ਕਿ ਹਾਂਜੀ ਬੱਚੇ ਦੇ ਵਿੱਚ ਕਿੰਨੇ ਕਿ ਟਾਈਮ ਕਿੰਨਾ ਕ ਆਪ ਕਹਿ ਸਕਦੇ ਕਿ ਚੇਂਜਸ ਆਏ ਨੇ ਠੀਕ ਹੈ ਮੁਲਾਂਕਣ ਵਿੱਚ ਬੱਚੇ ਮਤਲਬ ਇੱਥੇ ਸਿਰਫ ਇਹ ਨਹੀਂ ਹੁੰਦਾ ਕਿ ਆਪਾਂ ਸਿਰਫ ਉਹਨਾਂ ਦੀਆਂ ਨੋਟਬੁਕਸ ਨੂੰ ਦੇਖ ਰਹੇ ਹਾਂ ਪਹਿਲਾਂ ਇਸ ਨੂੰ ਸਟੱਡੀ ਕਰਦੇ ਹਾਂ ਮੁਲਾਂਕਣ ਵਿੱਚ ਬੱਚਿਆਂ ਦੀ ਸਿਰਫ ਕਾਪੀਆਂ ਦੀ ਜਾਂਚ ਨਹੀਂ ਹੁੰਦੀ ਬਲਕਿ ਉਹਨਾਂ ਦੀਆਂ ਰੁਚੀਆਂ ਦੀ ਰੁਝਾਨ ਦੀ ਮਨੋਵਿਰਤੀਆਂ ਯੋਗਤਾਵਾਂ ਮਤਲਬ ਉਹਨਾਂ ਦੇ ਹਰ ਇੱਕ ਪੱਖ ਨੂੰ ਕੀ ਰੱਖਿਆ ਜਾਂਦਾ ਧਿਆਨ ਵਿੱਚ ਰੱਖਿਆ ਜਾਂਦਾ ਹੈ ਠੀਕ ਹੈ ਜੀ ਉਹਨਾਂ ਦਾ ਇੰਟਰਸਟ ਕਿਸ ਚੀਜ਼ ਦੇ ਵਿੱਚ ਹੈ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਦੀ ਮੋਨੋਵਿਟ ਤੁਸੀ ਯੋਗਤਾਵਾਂ ਦੇ ਅਕੋਰਡਿੰਗ ਉਹਨਾਂ ਦਾ ਜੋ ਮੁਲਾਂਕਣ ਉਹ ਕੀਤਾ ਜਾਂਦਾ ਹੈ ਉਪਲਬਧੀਆਂ ਗਿਆਨ ਕੋਸ਼ਲ ਹਰ ਇੱਕ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਜੋ ਮੁਲਾਂਕਣ ਕੀਤਾ ਜਾਂਦਾ ਹੈ ਇਹ ਸਿਰਫ ਨੋਟਬੁੱਕ ਤੱਕ ਸੀਮਿਤ ਨਹੀਂ ਹੁੰਦਾ ਬਲਕਿ ਇਹ ਹਰ ਇੱਕ ਪੱਖ ਦੇ ਵਿੱਚ ਬੱਚੇ ਨੇ ਕਿੰਨਾ ਕੁ ਸਿੱਖਿਆ ਹੈ ਕਿੰਨਾ ਕੁ ਉਸਦਾ ਵਿਕਾਸ ਹੋਇਆ ਹੈ ਹਰ ਇੱਕ ਪੱਖ ਦਾ ਜਦੋਂ ਆਪਾਂ ਇੱਕ ਤਰੀਕੇ ਨਾਲ ਦੇਖਦੇ ਹਾਂ ਕਿ ਕਿੰਨਾ ਇੱਕ ਇੰਪਰੂਵ ਹੋਇਆ ਹੈ ਉਸ ਨੂੰ ਆਪਾਂ ਮੁਲਾਂਕਣ ਬੋਲਦੇ ਆ ਕਲੀਅਰ ਦੇਖੋ ਹੁਣ ਇੱਥੇ ਫਰਕ ਆ ਜਾਂਦਾ ਕਿ ਪ੍ਰੀਖਿਆ ਤੇ ਮੁਲਾਂਕਣ ਦੇ ਵਿੱਚ ਕੀ ਫਰਕ ਹੈ ਮੁਲਾਂਕਣ ਨਾਲ ਵੀ ਆਪਾਂ ਨੂੰ ਪਤਾ ਲੱਗਦਾ ਕਿ ਬੱਚੇ ਨੇ ਕਿੰਨਾ ਸਿੱਖਿਆ ਪ੍ਰੀਖਿਆ ਨਾਲ ਵੀ ਸ਼ਾਇਦ ਕਿਤੇ ਨਾ ਕਿਤੇ ਆਪਾਂ ਇਹ ਹੀ ਚੈੱਕ ਕਰਦੇ ਹਾਂ ਕਿ ਬੱਚੇ ਨੇ ਕਿੰਨਾ ਸਿੱਖਿਆ ਹੈ ਪਰ ਦੋਨੋਂ 'ਚ ਡਿਫਰੈਂਸ ਕੀ ਆ ਜਾਂਦਾ ਫਰਕ ਹੁੰਦਾ ਪ੍ਰੀਖਿਆ ਨੂੰ ਆਪਾਂ ਮੁਲਾਂਕਣ ਨਹੀਂ ਕਹਿ ਸਕਦੇ ਠੀਕ ਹੈ ਤਾਂ ਦੇਖ ਲੈਂਦੇ ਹਾਂ ਕੀ ਫਰਕ ਹੈ ਤਾਂ ਦੇਖੋ ਜੋ ਪ੍ਰੀਖਿਆ ਹੁੰਦੀ ਹੈ ਉਹ ਤਾਂ ਕੀ ਹੁੰਦੀ ਹੈ ਜੇ ਸੀਮਿਤ ਹੁੰਦੀ ਹੈ ਸੀਮਿਤ ਮੀਨ ਟੂ ਸੇ ਇਹ ਇੱਕ ਪਾਠਕ੍ਰਮ ਤੱਕ ਸੀਮਿਤ ਰਹਿ ਜਾਂਦੀ ਹੈ ਪਾਠਕ੍ਰਮ ਤੱਕ ਸੀਮਿਤ ਕਿਵੇਂ रह ਜਾਂਦੀ ਹੈ ਆਪਾਂ ਬੱਚੇ ਨੂੰ ਕਿੰਨਾ ਸਿਲੇਬਸ ਕਰਵਾਇਆ ਉਸ ਬੱਚੇ ਦਾ ਫਿਰ ਉਸ ਸਿਲੇਬਸ ਅਕੋਰਡਿੰਗ ਅਪਰ ਕਲਾਸ ਦੇ ਜਬ ਸਟੂਡੈਂਟਸ ਦੇ ਕਿ ਲੈਨੇਟਸ ਲੈਨੇ ਠੀਕ ਹੋ ਕੀ ਹੋ ਜਾਂਦੀ ਹੈ ਪ੍ਰੀਖਿਆ ਹੋ ਜਾਂਦੀ ਹੈ ਇੱਕ ਸੀਮਿਤ ਜੇ ਖੇਤਰ ਹੋ ਜਾਂਦਾ ਜੋ ਕਿ ਤੇ ਨਾ ਕਿਤੇ ਆਪਣੇ ਪਾਠਕ੍ਰਮ ਤੱਕ ਹੀ ਸੀਮਿਤ ਹੁੰਦਾ ਬਟ ਜੋ ਮੁਲਾਂਕਣ ਹੁੰਦਾ ਉਹ ਸੀਮਿਤ ਨਹੀਂ ਹੁੰਦਾ ਉਹ ਅਸੀਮਿਤ ਹੁੰਦਾ ਅਸੀਮਿਤ ਕਿਵੇਂ ਹੁੰਦਾ ਕਿਉਂਕਿ ਇਹਦੇ ਵਿੱਚ ਸਿਰਫ ਤੇ ਸਿਰਫ ਪਾਠਕ੍ਰਮ ਨਹੀਂ ਹੁੰਦਾ ਇਹਦੇ ਵਿੱਚ ਬੱਚੇ ਨੇ ਕਿਦਾਂ ਦਾ ਬਿਹੇਵੀਅਰ ਦੇ ਵਿੱਚ ਕਿਦਾਂ ਦੇ ਚੇਂਜਸ ਆਏ ਨੇ ਹੁਣ ਜਿਵੇਂ ਬੱਚਾ 1 ਸਾਲ ਦੀ ਉਮਰ ਦੇ ਵਿੱਚ ਬਿਹੇਵ ਕਰਦਾ ਸੀ ਉਵੇਂ ਬੱਚਾ 4 ਉਮਰ ਵਿੱਚ 7 ਸਾਲ ਦੀ ਉਮਰ ਚ ਨਹੀਂ ਕਰੂਗਾ ਉਮਰ ਵਿੱਚ 15 ਸਾਲ ਦੀ ਉਮਰ ਦੇ ਵਿੱਚ ਨਹੀਂ ਕਰੂਗਾ ਚੇਂजेस ਆਉਂਦੇ ਜਾਣਗੇ ਕਿਉਂਕਿ ਬਹੁਤ ਕੁਝ ਸਿੱਖਦਾ ਜਾ ਰਿਹਾ ਮਚਿਓਰ ਹੁੰਦਾ ਜਾ ਰਿਹਾ ਠੀਕ ਹੈ ਤੇ ਬਿਲਕੁਲ ਇਹੀ ਚੀਜ਼ਾਂ ਨੇ ਕਿ ਵਿਆਪਕ ਹੁੰਦਾ ਠੀਕ ਹੈ ਹਾਰੀ ਦੇ ਪੱਖੇ ਦੇ ਵਿੱਚ ਇਨਵੋਲਵ ਹੁੰਦਾ ਠੀਕ ਹੈ ਸਿਰਫ ਵਿਵਹਾਰ ਨਹੀਂ ਬਲਕਿ ਹੋਰ ਸਾਰੀਆਂ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਹੁੰਦੀਆਂ ਨੇ ਠੀਕ ਹੈ ਵਿਆਪਕ ਹੁੰਦਾ ਵਿਸਤ੍ਰਿਤ ਮਤਲਬ ਬੋਹੀ ਹੈ ਅਸੀਮਿਤ ਹੁੰਦਾ ਠੀਕ ਹੈ ਜੀ ਨੈਕਸਟ ਅਗਰ ਆਪਾਂ ਗੱਲ ਕਰੀਏ ਪ੍ਰੀਖਿਆ ਸਿਰਫ ਪਾਠਕ੍ਰਮ ਸੰਬੰਧੀ ਗਿਆਨ ਤੇ ਯੋਗਤਾ ਦੀ ਜਾਂਚ ਹੁੰਦੀ ਹੈ ਜਿਵੇਂ ਕਿ ਮੈਂ ਹੁਣੇ-ਹੁਣੇ ਤੁਹਾਨੂੰ ਕਿਹਾ ਕਿ ਇਹ ਕਿਤੇ ਨਾ ਕਿਤੇ ਸੀਮਿਤ ਰਹਿ ਜਾਂਦਾ ਕਿੱਥੇ ਤੱਕ ਆਪਣੇ ਪਾਠਕ੍ਰਮ ਤੱਕ ਕਿ ਬੱਚੇ ਨੂੰ ਕਿੰਨਾ ਪੜਾਇਆ ਬੱਚੇ ਨੇ ਉਸ ਦੇ ਵਿੱਚੋਂ ਕਿੰਨਾ ਲਰਨ ਕੀਤਾ ਜਾਂ ਕਿਵੇਂ ਰੱਟਾ ਮਾਰਿਆ ਠੀਕ ਹੈ ਕੁਝ ਵੀ ਨਹੀਂ ਬਸ ਇੱਕ ਤਰੀਕੇ ਨਾਲ ਇਹ ਪਾਠਕ੍ਰਮ ਤੱਕ ਸੀਮਿਤ ਰਹਿ ਜਾਂਦਾ ਕਿਤਾਬਾਂ ਤੱਕ ਸੀਮਿਤ ਰ ਉਹ ਸਿਰਫ ਪਾਠਕ੍ਰਮ ਤੱਕ ਸੀਮਿਤ ਨਹੀਂ ਹੁੰਦਾ ਉਹਦੇ ਵਿੱਚ ਕੀ ਹੁੰਦੀਆਂ ਨੇ ਕਿਰਿਆਵਾਂ ਵੀ ਹੁੰਦੀਆਂ ਨੇ ਕਿਰਿਆਵਾਂ ਵਿੱਚੋਂ ਸੇ ਜੋ ਜੋ ਬੱਚਾ ਐਕਟੀਵਿਟੀਜ਼ ਕਲਾਸ ਦੇ ਵਿੱਚ ਕਿਸ ਤਰੀਕੇ ਦੀ ਐਕਟੀਵਿਟੀਜ਼ ਕਰ ਰਿਹਾ ਠੀਕ ਹੈ ਜੀ ਉਹ ਸਾਰਾ ਕੁਝ ਇਹਦੇ ਵਿੱਚ ਇਨਕਲੂਡਡ ਹੁੰਦਾ ਠੀਕ ਹੈ ਬੱਚੇ ਦਾ ਮਾਨਸਿਕ ਪੱਧਰ ਕਿਵੇਂ ਦਾ ਫਿਜ਼ੀਕਲੀ ਕਿਸ ਤਰੀਕੇ ਦਾ ਉਹ ਜਾਂ ਫਿਰ ਉਹਦਾ ਬਿਹੇਵੀਅਰ ਕਿਸ ਤਰੀਕੇ ਦਾ ਠੀਕ ਹੈ ਸੋਸਾਇਟੀ ਦੇ ਵਿੱਚ ਕਿਸ ਤਰੀਕੇ ਨਾਲ ਪੇਸ਼ ਆ ਰਹੇ ਸਭ ਨਾਲ ਤਾਂ ਉਹ ਸਾਰਾ ਕੁਝ ਇਹਦੇ ਵਿੱਚ ਇਨਵੋਲਵ ਹੁੰਦਾ ਹੈ ਕਿਉਂਕਿ ਸਿੱਖਣਾ ਮਤਲਬ ਸਿਰਫ ਕਿਤਾਬਾਂ ਤੋਂ ਨਹੀਂ ਹੁੰਦਾ ਸਿੱਖਣਾ ਮਤਲਬ ਹਰ ਇੱਕ ਪੱਖ ਤੋਂ ਵਿਕਾਸ ਕਰਨਾ ਹੁੰਦਾ ਹੈ ਠੀਕ ਹੈ ਜੀ ਨੈਕਸਟ ਅਗਰ ਆਪਾਂ ਗੱਲ ਕਰੀਏ ਪ੍ਰੀਖਿਆ ਦਾ ਉਦੇਸ਼ ਬਾਲਗਾਂ ਨੂੰ ਅਗਲੀ ਸ਼੍ਰੇਣੀ ਵਿੱਚ ਭੇਜਣਾ ਹੁੰਦਾ ਹੈ ਦੇਖੋ ਹੁਣ 3rd ਕਲਾਸ ਹੈ ਫੋਰ ਐਗਜ਼ਾਮਪਲ ਕੋਈ ਇਸ ਬੱਚਾ ਹੈ 3rd ਕਲਾਸ ਦੇ ਵਿੱਚ ਹੈ ਠੀਕ ਹੈ ਜੀ 3rd ਕਲਾਸ ਤੋਂ ਕੀ ਹੁੰਦਾ ਉਹ ਥੋੜਾ ਅੱਗੇ ਵੱਧਦਾ ਹੈ ਠੀਕ ਹੈ ਪ੍ਰੀਖਿਆ ਦਿੰਦਾ ਹੈ ਪੇਪਰ ਦਿੰਦਾ ਹੈ ਜਦੋਂ ਜੇਕਰ ਉਹ ਉਹਨਾਂ ਪੇਪਰਾਂ ਦੇ ਵਿੱਚੋਂ ਪਾਸ ਹੋ ਜਾਂਦਾ ਹੈ ਤਾਂ ਉਸ ਨੂੰ ਅਗਲੀ ਕਲਾਸ ਦੇ ਵਿੱਚ ਮਤਲਬ 4th ਕਲਾਸ ਵਿੱਚ ਕਰ ਦਿੱਤਾ ਜਾਂਦਾ ਹੈ ਹਰ ਇੱਕ ਜਗ੍ਹਾ ਤੇ ਆਪਾਂ ਅੱਜਕੱਲ ਇਹ ਹੀ ਦੇਖ ਰਹੇ ਹਾਂ ਠੀਕ ਹੈ ਬਿਲਕੁਲ ਤਾਂ ਇਹ ਜੋ ਹੁੰਦਾ ਹੈ ਪ੍ਰੀਖਿਆ ਦਾ ਮੇਨ ਮੋਟਿਵ ਕੀ ਹੁੰਦਾ ਨੈਕਸਟ ਸਟੈਂਡਰਡ ਦੇ ਵਿੱਚ ਨੈਕਸਟ ਗ੍ਰੇਡ ਦੇ ਵਿੱਚ ਜਾਣਾ ਅਗਲੀ ਕਲਾਸ ਦੇ ਵਿੱਚ ਜਾਣਾ ਠੀਕ ਹੈ ਪਰੰਤੂ ਜੋ ਮੁਲਾਂਕਣ ਹੁੰਦਾ ਹੈ ਇਹਦਾ ਇਹ ਤਾਂ ਮੁੱਖ ਉਦੇਸ਼ ਕੀ ਹੁੰਦਾ ਹੈ ਕਿ ਬੱਚਾ ਸਿੱਖੇ ਠੀਕ ਹੈ ਪਰੰਤੂ ਇਸ ਵਜ੍ਹਾ ਸਿੱਖਿਆ ਦਾ ਮੁੱਖ ਉਦੇਸ਼ ਤੇ ਅਨੁਭਵ ਪ੍ਰਾਪਤ ਕਰਨਾ ਹੈ ਮਤਲਬ ਜਿੰਨਾ ਬੱਚਾ ਕਰੇਗਾ ਐਕਟੀਵਿਟੀਜ਼ ਨੂੰ ਕਰੇਗਾ ਦੇਖੋ ਹੁਣ ਕੋਈ ਬੱਚਾ ਐਕਟੀਵਿਟੀਜ਼ ਕਰ ਰਿਹਾ ਠੀਕ ਹੈ ਕੋਈ ਨਾ ਕੋਈ ਕਿਰਿਆਵਾਂ ਕਰ ਰਿਹਾ ਕਿਸੇ ਨਾ ਕਿਸੇ ਤਰੀਕੇ ਦੀ ਗਤੀਵਿਧੀਆਂ ਕਰ ਰਿਹਾ ਤਾਂ ਉਹ ਤੋਂ ਉਹਨੂੰ ਐਕਸਪੀਰੀਅੰਸ ਮਿਲਦਾ ਹੈ ਅਨੁਭਵ ਮਿਲਦਾ ਹੈ ਜਿਸ ਦੇ ਨਾਲ ਉਹ ਕਾਫੀ ਹੱਦ ਤੱਕ ਕੁਝ ਨਾ ਕੁਝ ਸਿੱਖਦਾ ਹੈ ਸਿੱਖਣ ਦੇ ਨਾਲ ਉਹ ਆਪਣੀ ਰੀਅਲ ਲਾਈਫ ਦੇ ਵਿੱਚ ਉਸ ਨੂੰ ਇੰਪਲੀਮੈਂਟ ਕਰ ਦਿੰਦਾ ਹੈ ਮਤਲਬ ਇਹ ਇਹਦੇ ਵਿੱਚ ਕੀ ਹੁੰਦਾ ਸਿਰਫ ਇਹ ਅਗਲੀ ਕਲਾਸ तक ਜਾਣ ਨਹੀਂ ਸੀਮਿਤ ਨਹੀਂ ਹੈਗਾ ਇਹਦੇ ਵਿੱਚ ਬੱਚੇ ਨੇ ਕੀ ਸਿੱਖਿਆ ਠੀਕ ਹੈ ਬੱਚੇ ਦੇ అనుభవ ਦੇ ਵਿੱਚ ਕੋਈ ਵਾਧਾ ਹੋਇਆ ਜਾਂ ਨਹੀਂ ਹੋਇਆ ਉਹ ਸਾਰਾ ਕੁਝ ਇਹਦੇ ਵਿੱਚ ਕੱਪ ਕਹਿ ਸਕਦੇ ਹਾਂ ਕਿ ਸ਼ਾਮਿਲ ਹੁੰਦਾ ਹੈ ਉਮੀਦ ਹੈ ਦੋਨਾਂ ਦੇ ਵਿੱਚ ਜੋ ਡਿਫਰੈਂਸ ਹੈ ਤੁਸੀਂ ਸਮਝ ਪਾ ਰਹੇ ਹੋਵੋਗੇ ਨੈਕਸਟ ਅਗਰ ਆਪਾਂ ਗੱਲ ਕਰੀਏ 4th ਵਨ ਦੇਖੋ 4th ਦੇ ਵਿੱਚ ਆਪਾਂ ਕੀ ਦੇਖ ਪਾ ਰਹੇ ਹਾਂ ਕਈ ਵਾਰ ਪ੍ਰੀਖਿਆ ਦਾ ਉਦੇਸ਼ ਕੀ ਹੁੰਦਾ ਹੁਣ ਜਿਵੇਂ ਪ੍ਰੀਖਿਆ ਆਪਣੇ ਉਦੇਸ਼ਾਂ ਨੂੰ ਕਈ ਵਾਰ ਪ੍ਰਾਪਤ ਨਹੀਂ ਕਰ ਪਾਉਂਦੀ ਕਈ ਵਾਰੀ ਹੋ ਜਾਂਦਾ ਹੈ ਕਿ ਕਿਸੇ ਬੱਚੇ ਉੱਪਰ ਜਾਂ ਕਿਸੇ ਸਪੈਸ਼ਲ ਸਟੂਡੈਂਟ ਜੋ ਕਿ ਸ਼ਾਇਦ ਮਾਨਸਿਕ ਪੱਧਰ ਵਿੱਚ ਆਪਾਂ ਕਹਿ ਸਕੀਏ ਕਿ ਥੋੜਾ ਜਿਹਾ ਬਾਕੀਆਂ ਦੇ ਕੰਪੈਰੀਜ਼ਨ ਥੋੜਾ ਜਿਹਾ ਉਸ ਦਾ ਮਾਨਸਿਕ ਪੱਧਰ ਘੱਟ ਹੋਵੇ ਠੀਕ ਹੈ ਤਾਂ ਉਹਦੇ ਵਿੱਚ ਕੀ ਹੁੰਦਾ ਉਹ ਬੱਚਾ ਪ੍ਰੀਖਿਆਵਾਂ ਵਿੱਚ ਸਹੀ ਤਰੀਕੇ ਨਾਲ ਨਹੀਂ ਦੇ ਪਾਉਂਦਾ ਜਾਂ ਫਿਰ ਰੱਟਾ ਲਗਾਇਆ ਜਾਂਦਾ ਹੈ ਤਾਂ ਬੱਚੇ ਸਿੱਖ ਨਹੀਂ ਪਾਉਂਦੇ ਠੀਕ ਹੈ ਕਿਸੇ ਨਾ ਕਿਸੇ ਕਾਰਨ ਕਈ ਵਾਰੀ ਕੀ ਹੁੰਦਾ ਹੈ ਜੋ ਉਦੇਸ਼ ਆਪਣਾ ਪ੍ਰਾਪਤ ਨਹੀਂ ਹੋ ਪੰਦਾ ਸਿੱਖਿਆ ਦਾ ਉਦੇਸ਼ ਪ੍ਰਾਪਤ ਨਹੀਂ ਹੋ ਪੰਦਾ ਠੀਕ ਹੈ ਕਿਉਂਕਿ ਜੇਕਰ ਆਪਾਂ ਸਿਰਫ ਪਾਠਕ੍ਰਮ ਤੱਕ ਸੀਮਿਤ ਰਹਿ ਜਾਵਾਂਗੇ ਤਾਂ ਬੱਚੇ ਕੀ ਕਰਦੇ ਨੇ ਜੇ ਪਾਸ ਹੋਣਾ 33 ਮਾਰਕਸ ਚਾਹੀਦੇ ਨੇ ਤਾਂ ਰੱਟਾ ਲਗਾ ਕੇ ਦੇ ਤਾਂ ਉਹਦੋਂ ਕੁਝ ਸਿੱਖ ਨਹੀਂ ਪਾਰੇ ਠੀਕ ਹੈ ਤਾਂ ਪ੍ਰੀਖਿਆ ਕਿਤੇ ਨਾ ਕਿਤੇ ਇਸ ਮਾਮਲੇ ਦੇ ਵਿੱਚ ਸੀਮਿਤ ਰਹਿ ਜਾਂਦੀ ਹੈ ਤੇ ਉਦੇਸ਼ ਵੀ ਕਈ ਵਾਰੀ ਪ੍ਰਾਪਤ ਨਹੀਂ ਕਰ ਪਾਉਂਦੀ ਅਗਰ ਆਪਾਂ ਗੱਲ ਕਰੀਏ ਮੁਲਾਂਕਣ ਦੀ ਤਾਂ ਮੁਲਾਂਕਣ ਦੇ ਵਿੱਚ ਕੀ ਹੁੰਦਾ ਹੈ ਪਰ ਇਸ ਦੇ ਵਿੱਚ ਕੀ ਹੁੰਦਾ ਸਿੱਖਿਆ ਪ੍ਰਕਿਰਿਆ ਵਿੱਚ ਸੁਧਾਰ ਕਰਕੇ ਉਦੇਸ਼ਾ ਦੇ ਪ੍ਰਾਪਤ ਕੀਤੇ ਜਾ ਸਕਦੀ ਹੈ ਹੁਣ ਦੇਖੋ ਮੁਲਾਂਕਣ ਦੇ ਵਿੱਚ ਕੀ ਹੁੰਦਾ ਹੈ ਮੁਲਾਂਕਣ ਆਪਾਂ ਇਹ ਕਹਿ ਸਕਦੇ ਕਿ ਜੇਕਰ ਕਈ ਵਾਰੀ ਬੱਚਾ ਸਹੀ ਤਰੀਕਾ ਫੋਰ ਐਗਜ਼ਾਮਪਲ ਤੁਸੀਂ ਇੱਕ ਤਰੀਕੇ ਨਾਲ ਬੱਚੇ ਨੂੰ ਪੜਾ ਰਹੇ ਹੋ ਉਹ ਨਹੀਂ ਸਮਝ ਪਾ ਰਿਹਾ ਉਹਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਤੁਸੀਂ ਸਿਰਫ ਕਲਾਸ ਵਿੱਚ ਰੀਡਿੰਗ ਕਰਵਾ ਰਹੇ ਹੋ ਬੱਚੇ ਨੂੰ ਕਲੀਅਰ ਨਹੀਂ ਹੋ ਪਾ ਰਿਹਾ ਤੇ ਤੁਸੀਂ ਸੋਚਿਆ ਕਿ ਇਸ ਨੂੰ ਥੋੜਾ ਜਿਹਾ ਇੰਪਰੂਵ ਕੀਤਾ ਜਾ ਸਕਦਾ ਉਸ ਵਿੱਚ ਸੁਧਾਰ ਕੀਤਾ ਜਾ ਸਕਦਾ ਤਾਂ ਕਿ ਬੱਚੇ ਸਮਝ ਸਕਣ ਕਿ ਉਹਨਾਂ ਨੂੰ ਕੀ ਸਮਝਾਇਆ ਜਾ ਰਿਹਾ ਕੀ ਸਿਖਾਇਆ ਜਾ ਰਿਹਾ ਠੀਕ ਹੈ ਤੇ ਤੁਸੀਂ ਰੀਡਿੰਗ ਦੇ ਮੁਕਾਬਲੇ ਤੁਸੀਂ ਉਹਨਾਂ ਨੂੰ ਕੁਝ ਨਾ ਕੁਝ ਐਕਟੀਵਿਟੀਜ਼ ਜੋ ਉਸੇ ਟਾਪਿਕ ਨਾਲ ਰਿਲੇਟਡ ਸੀ ਤੇ ਕਿਤੇ ਨਾ ਕਿਤੇ ਰੀਅਲ ਲਾਈਫ ਨਾਲ ਵੀ ਰਿਲੇਟ ਕਰਦੇ ਕੋਈ ਇਦਾਂ ਦੀ ਐਕਟੀਵਿਟੀ ਉਹਨਾਂ ਨੂੰ ਕਰਨ ਲਈ ਦਿੱਤੀ ਜਦੋਂ ਬੱਚੇ ਖੁਦ ਐਕਟੀਵਿਟੀ ਕਰਨਗੇ ਤਾਂ ਉਹ ਸਿੱਖਣਗੇ ਪ੍ਰੇਰਣਾ ਵੀ ਮਿਲੇਗੀ ਉਹਨਾਂ ਨੂੰ ਹੋਰ ਸਿੱਖਣ ਲਈ ਉਹ ਉਹਨਾਂ ਦੀ ਇੱਛਾ ਵੀ ਵਧੇਗੀ ਚਾਹਨਾ ਵੀ ਵਧੇਗੀ ਠੀਕ ਹੈ ਤਾਂ ਮਤਲਬ ਕਿਤਨੇ-ਕਿਤਨੇ ਸਿੱਖਿਆ ਦੇ ਵਿੱਚ ਸੁਧਾਰ ਕੀਤਾ ਜਾ ਸਕਦਾ ਤੇ ਹੋਰ ਵਧੀਆ ਤਰੀਕੇ ਨਾਲ ਸਿੱਖਿਆ ਜੋ ਹੈ ਪ੍ਰਦਾਨ ਕੀਤੀ ਜਾ ਸਕਦੀ ਹੈ ਜੋ ਕਿ ਕਿਦੇ ਵਿੱਚ ਹੁੰਦਾ ਮੁੱਲਾਂਕਣ ਦੇ ਵਿੱਚ ਹੁੰਦਾ ਠੀਕ ਹੈ ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਉਮੀਦ ਹੈ ਮੁੱਲਾਂਕਣ ਤੇ ਪ੍ਰੀਖਿਆ ਦੇ ਵਿੱਚ ਤੁਸੀਂ ਡਿਫਰੈਂਸ ਸਮਝ ਪਾ ਰਹੇ ਹੋ ਪ੍ਰੀਖਿਆ ਤੇ ਮੁੱਲਾਂਕਣ ਦੇ ਪ੍ਰੀਖਿਆ ਤਾਂ ਹੋ ਗਿਆ ਸਿਰਫ ਇੱਕ ਐਗਜ਼ਾਮ ਲੈਣਾ ਰਿਟਰਨ ਹੋ ਸਕਦਾ ਠੀਕ ਹੈ ਤੇ ਇੱਕ एग्जाम ਲੈਣਾ ਬੱਚੇ ਨੂੰ ਚੈੱਕ ਕਰਨਾ ਕਿ ਬੱਚੇ ਨੇ ਜੋ ਕਰਵਾਇਆ ਹੋਇਆ ਕੀਤਾ ਹੈ ਜਾਂ ਨਹੀਂ ਬਟ ਮੁਲਾਂਕਣ ਦੇ ਵਿੱਚ ਸਿਰਫ एग्जाम ਨਹੀਂ ਹੁੰਦਾ ਸਿਰਫ ਪਾਠਕ੍ਰਮ ਨਹੀਂ ਹੁੰਦਾ ਬਹੁਤ ਕੁਝ ਹੁੰਦਾ ਠੀਕ ਹੈ ਸਿਰਫ ਕਿਤਾਬਾਂ ਤੱਕ ਸੀਮਿਤ ਜੋ ਹੋ ਹੋ ਗਿਆ ਉਹ ਕੀ ਹੋਏਗਾ ਪਾਠਕ੍ਰਮ ਹੋਏਗਾ ਮਤਲਬ ਇੱਕ ਪੇਪਰ ਪੈਨ ਨਾਲ ਜੋ एग्जाम ਹੁੰਦਾ ਬਟ ਸਾਰੀ ਸਕਿਲਸ ਨੂੰ ਚੈੱਕ ਕਰਨਾ ਸੰਗੀਤ ਰਾ ਅਪਾ ਕਹਿ ਸਕਦੇ ਆ ਕਿ ਬਿਹੇਵੀਅਰ ਨੂੰ ਚੈੱਕ ਕਰਨਾ ਨੋਲੇਜ ਨੂੰ ਚੈੱਕ ਕਰਨਾ ਸੋਸਾਇਟੀ ਦੇ ਵਿੱਚ ਬਿਹੇਵੀਅਰ ਕਿਸ ਤਰ੍ਹਾਂ ਕੇ ਨਾ ਪੇਸ਼ ਆ ਉਹ ਸਾਰਾ ਕੁਝ ਚੈੱਕ ਕਰਨਾ ਉਹ ਕਿ ਦੇ ਵਿੱਚ ਆ ਜਾਂਦਾ ਮੁਲਾਂਕਣ ਦੇ ਵਿੱਚ ਆ ਜਾਂਦਾ ਜਦੋਂ ਓਵਰਆਲ ਇੱਕ ਆਪਾਂ ਕਹਿੰਦੇ ਆ ਕਿ ਆ ਓਵਰਆਲ ਆਪਾਂ ਜਿੰਨਾ ਵੀ ਉਸ ਸਟੂਡੈਂਟ ਨੂੰ ਸਿਖਾਇਆ ਗਿਆ ਉਹ ਸਾਰਾ ਕੁਝ ਇਕੱਠਾ ਕਰ ਦਿੱਤਾ ਜਾਵੇ ਨੈਕਸਟ ਅਗਰ ਆਪਾਂ ਗੱਲ ਕਰੀਏ ਦੇਖ ਪਾ ਰਹੇ ਆ ਆਪਾਂ ਪ੍ਰੀਖਿਆ ਦੇ ਵਿੱਚ ਕੀ ਹੁੰਦਾ ਅਸਫਲਤਾ ਦਾ ਡਰ ਵੀ ਹੁੰਦਾ ਚਿੰਤਾ ਵੀ ਹੁੰਦੀ ਹੈ ਤੇ ਨਿਰਾਸ਼ਾ ਵੀ ਹੁੰਦੀ ਹੈ ਫੋਰ ਐਗਜ਼ਾਮਪਲ ਅਗਰ ਕੋਈ ਬੱਚਾ ਅਪਾ ਕਹਿ ਦਿੰਨੇ ਆ ਕਿ ਬੱਚਿਆਂ ਨੂੰ ਮੋਸਟਲੀ ਕੀ ਡਰ ਹੋ ਜਾਂਦਾ ਕਿ ਮੈਂ ਅਗਰ ਇਸ ਪੇਪਰ ਦੇ ਵਿੱਚ ਪਾਸ ਨਹੀਂ ਹੋਇਆ ਤਾਂ ਮੈਂ ਵਾਪਸ ਇਸੇ ਗ੍ਰੇਡ ਦੇ ਵਿੱਚ ਜਾਂ ਇਸੇ ਕਲਾਸ ਦੇ ਵਿੱਚ ਰਹਿ ਜਾਵਾਂਗਾ ਜਿਨ੍ਹਾਂ ਦਾ ਉਸ ਨੂੰ ਡਰ ਵੀ ਹੁੰਦਾ ਔਰ ਚਿੰਤਾ ਵੀ ਹੁੰਦੀ ਹੈ ਤੇ ਅਗਰ ਉਹ ਕਈ ਵਾਰੀ ਕਲੀਅਰ ਨਹੀਂ ਵੀ ਕਰ ਪਾਉਂਦੇ ਤਾਂ ਉਹ ਨਿਰਾਸ਼ ਵੀ ਹੋ ਜਾਂਦੇ ਨੇ ਠੀਕ ਹੈ ਤਾਂ ਜਿਸ ਕਰਕੇ ਕੀ ਹੁੰਦਾ ਬੱਚੇ ਨਿਰਾਸ਼ ਡਰ ਚਿੰਤਾ ਵਰਗੀਆਂ ਜਿਹੜੀਆਂ ਸਥਿਤੀਆਂ ਨੇ ਉਹਨਾਂ ਵਿੱਚੋਂ ਉਹਨਾਂ ਨੂੰ ਗੁਜ਼ਰਨਾ ਪੈਂਦਾ ਠੀਕ ਹੈ ਬਟ ਅਗਰ ਮੁਲਾਂਕਣ ਦੀ ਗੱਲ ਕਰੀਏ ਇਹਦੇ ਵਿੱਚ ਕੀ ਹੁੰਦਾ ਹੈ ਸਹਿਜ ਤੇ ਸੁਭਾਵਕ ਹੁੰਦਾ ਜਿਹਦੇ ਕਰਕੇ ਇਹਦੇ ਵਿੱਚ ਡਰ ਤੇ ਚਿੰਤਾ ਨਹੀਂ ਰਹਿੰਦੀ ਠੀਕ ਹੈ ਜੀ ਨੈਕਸਟ ਅਗਰ ਆਪਾਂ ਗੱਲ ਕਰੀਏ ਇਹਦੇ ਵਿੱਚ ਡਲਟ ਚਿੰਤਾ ਵਰਗਾ ਆਪਾਂ ਨੂੰ ਕੁਝ ਵੀ ਦੇਖਣ ਨੂੰ ਨਹੀਂ ਮਿਲਦਾ ਹੋਰ ਅਗਰ ਆਪਾਂ ਗੱਲ ਕਰੀਏ ਰੁਚੀ ਰੁਝਾਨ ਇਹਨਾਂ ਦੀ ਜਾਂਚ ਕੀਤੀ ਜਾਂਦੀ ਹੈ ਠੀਕ ਹੈ ਹੁਣ ਇਹਦੇ ਵਿੱਚ ਦੇਖੋ ਇਹ ਪੂਰੇ ਦੇ ਪੂਰੇ ਇੱਕ ਸਾਲ ਦੇ ਵਿੱਚ ਹੁੰਦਾ ਹੈ ਠੀਕ ਹੈ ਸਾਲ ਦੇ ਐਂਡ ਦੇ ਵਿੱਚ ਆਪਾਂ ਬੱਚੇ ਨੂੰ ਗ੍ਰੇਡਿੰਗ ਦਿੰਨੇ ਆ ਮਤਲਬ ਇਹ ਇਹ ਮਤਲਬ ਬੱਚੇ ਨੇ ਓਵਰঅল ਇਸ ਸਟੈਂਡਰਡ ਦੇ ਵਿੱਚ ਆਪਾਂ ਦੇਖਦੇ ਆ ਕਿ ਏ ਗ੍ਰੇਡ ਏ ਪਲੱਸ ਗ੍ਰੇਡ ਬੀ ਗ੍ਰੇਡ ਰਾਈਟ ਬੀ ਪੋਜ਼ਿਟਿਵ ਤਾਂ ਸੌਰੀ ਬੀ ਪਲੱਸ ਗ੍ਰੇਡ ਤਾਂ ਇਹ ਸਾਲ ਕੁਝ ਏ1 ਏ2 ਇਹ ਗ੍ਰੇਡਸ ਦੇ ਨਾਲ ਬੱਚਿਆਂ ਨੂੰ ਕੀ ਕੀਤਾ ਜਾਂਦਾ ਹੈ ਰੀਪੋਰਟ ਕਾਰਡ ਜਾਂ ਫਿਰ ਆਪਾਂ ਕਹਿ ਦਿੰਨੇ ਕਿ ਹਾਂਜੀ ਉਹਨਾਂ ਨੂੰ ਦੱਸਿਆ ਜਾਂਦਾ ਕਿ ਉਹਨਾਂ ਨੇ ਇਹਨਾਂ ਸਿੱਖਿਆ ਹੈ A ਵਨ ਦਾ ਮਤਲਬ ਹੁੰਦਾ ਕਿ ਬਹੁਤ ਵਧੀਆ ਬੈਸਟ ਠੀਕ ਹੈ A2 ਦਾ ਮਤਲਬ ਹੁੰਦਾ 80% ਦੇ ਨੀਅਰ ਅਬਾਊਟ ਇਸ ਤਰੀਕੇ ਨਾਲ ਬੱਚਿਆਂ ਨੂੰ ਇੱਕ ਗ੍ਰੇਡ ਦੇ ਨਾਲ ਉਹਨਾਂ ਨੂੰ ਦੱਸਿਆ ਜਾਂਦਾ ਕਿ ਉਹੋ ਕਿਸ ਤਰੀਕੇ ਦੀ ਪਰਫਾਰਮੈਂਸ ਉਹਨਾਂ ਨੇ ਦਿੱਤੀ ਹੈ ਠੀਕ ਹੈ ਕਿੰਨਾ ਦੇ ਅਕੋਰਡਿੰਗ ਉਹਨਾਂ ਦੀ ਰੁਚੀ ਕਿੰਨੀ ਸੀ ਉਹਨਾਂ ਦਾ ਅਨੁਭਵ ਕਿਸ ਤਰੀਕੇ ਦਾ ਰਿਹਾ ਉਹਨਾਂ ਦਾ ਰੁਝਾਨ ਕਿਸ ਤਰੀਕੇ ਦਾ ਸੀ ਉਹਨਾਂ ਨੇ ਕੋਸ਼ਲ ਮਤਲਬ ਪੂਰੀ ਜਾਂਚ ਕਰਕੇ ਜੋ ਆਪਾਂ ਕਹਿ ਦਿੰਨੇ ਇੱਕ ਰਿਜ਼ਲਟਸ ਆ ਤਿਆਰ ਕੀਤਾ ਜਾਂਦਾ ਹੈ ਉਸ ਦਿਗਾ ਲਈ ਦਿੱਤੀ ਜਾ ਰਹੀ ਹੈ ਠੀਕ ਹੈ ਜੀ ਤਾਂ ਉਮੀਦ ਹੈ ਪਹਿਲਾਂ ਤਾਂ ਇਹ ਜੋ ਡਿਫਰੈਂਸ ਹੈ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਬਸ ਇਹਦੇ ਵਿੱਚ ਤੁਸੀਂ ਇੰਨਾ ਮਾਈਂਡ ਦੇ ਵਿੱਚ ਰੱਖੋ ਕਿ ਜੋ ਇੱਕ ਪਾਠਕ੍ਰਮ ਤੱਕ ਸੀਮਿਤ ਹੁੰਦਾ ਉਸ ਨੂੰ ਆਪਾਂ ਪ੍ਰੀਖਿਆ ਬੋਲਦੇ ਹਾਂ ਬਟ ਮੁਲਾਂਕਣ ਦੇ ਵਿੱਚ ਸਿਰਫ ਪਾਠਕ੍ਰਮ ਨਹੀਂ ਹੁੰਦਾ 올 ਆਵਰ ਸਾਰਾ ਜੋ ਆਪਾਂ ਕਹਿ ਦਿੰਦੇ ਆ ਕਿ ਚੇਂਜਸ ਨੇ ਵਿਕਾਸ ਹੋਣ ਦੇ ਨਾਲ ਜੋ ਚੇਂਜਸ ਆਉਂਦੇ ਨੇ ਉਹਦਾ ਮੁਲਾਂਕਣ ਉਸ ਨੂੰ ਆਪਾਂ ਕੀ ਬੋਲਦੇ ਆ ਮੁਲਾਂਕਣ ਬੋਲਦੇ ਆ ਨੈਕਸਟ ਅਗਰ ਆਪਾਂ ਗੱਲ ਕਰੀਏ ਮੁਲਾਂਕਣ ਦੀਆਂ ਵਿਸ਼ੇਸ਼ਤਾਵਾਂ ਕਿਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਨੇ ਜਾਂ ਫਿਰ ਆਪਾਂ ਇਹ ਕਹਿ ਸਕਦੇ ਹਾਂ ਕਿ ਮੁਲਾਂਕਣ ਕਿਸ ਤਰੀਕ ਤਰ੍ਹਾਂ ਦਾ ਹੋਣਾ ਚਾਹੀਦਾ ਠੀਕ ਹੈ ਮੁਲਾਂਕਣ ਕਿਵੇਂ ਦਾ ਹੋਣਾ ਚਾਹੀਦਾ ਪਹਿਲੀ ਗੱਲ ਤਾਂ ਇਹ ਨਿਰੰਤਰ ਤੇ ਵਿਆਪਕ ਹੋਣਾ ਚਾਹੀਦਾ ਠੀਕ ਹੈ ਸੀਮਿਤ ਨਹੀਂ ਹੋਣਾ ਚਾਹੀਦਾ ਅਸੀਮਿਤ ਹੋਣਾ ਚਾਹੀਦਾ ਠੀਕ ਹੈ ਇੱਕ ਲਿਮਿਟਡ ਜਾਨੀ ਹੋਣਾ ਚਾਹੀਦਾ ਕਹਿੰਦਾ ਮਤਲਬ ਅਨ ਅਨਲਿਮਿਟਡ ਹੋਣਾ ਚਾਹੀਦਾ ਵਿਆਪਕ ਹੋਣਾ ਚਾਹੀਦਾ ਨੇਚਰਲ ਜਆ ਨਿਰੰਤਰ ਹੋਣਾ ਚਾਹੀਦਾ ਲਗਾਤਾਰ ਹੋਣਾ ਚਾਹੀਦਾ ਠੀਕ ਹੈ ਜਦ ਤੱਕ ਬੱਚਾ ਸਿੱਖ ਰਿਹਾ ਜਦ ਤੱਕ ਬੱਚਾ ਪੜ ਰਿਹਾ ਜਦੋਂ ਤੱਕ ਬੱਚਾ ਲਰਨਿੰਗ ਕਰ ਰਿਹਾ ਠੀਕ ਹੈ ਉਹ ਤੱਕ ਉਸ ਦਾ ਮੁਲਾਂਕਣ ਕਰਨਾ ਜ਼ਰੂਰੀ ਹੈ ਤਾਂ ਹੀ ਆਪਾਂ ਨੂੰ ਉਹਨਾਂ ਦੇ ਵਿੱਚ ਜੋ ਚੇਂਜਸ ਨੇ ਜੋ ਵਿਕਾਸ ਹੈ ਉਸ ਦਾ ਪਤਾ ਲੱਗੇਗਾ ਵਿਅਕਤੀਗਤ ਮੁਲਾਂਕਣ ਠੀਕ ਹੈ ਜੀ ਇਹ ਵਿਅਕਤੀਗਤ ਮੁਲਾਂਕਣ ਹੋਣਾ ਚਾਹੀਦਾ ਮਤਲਬ ਜਿਵੇਂ ਬਹੁਤ ਸਾਰੇ ਸਟੂਡੈਂਟ ਹਰ ਦੋ ਸਟੂਡੈਂਟ ਨੇ ਜਿਹੜੇ ਜਾਂ ਹਰ ਦੋ ਬੱਚੇ ਨੇ ਜਿਹੜੇ ਇੱਕ ਦੂਸਰੇ ਤੋਂ ਕੀ ਹੁੰਦੇ ਨੇ ਡਿਫਰੈਂਟ ਹੁੰਦੇ ਨੇ ਤਾਂ ਹਰ ਇੱਕ ਬੱਚੇ ਦੇ ਨੂੰ ਧਿਆਨ ਵਿੱਚ ਰੱਖ ਕੇ ਜੋ ਮੁਲਾਂਕਣ ਹੈ ਉਹ ਤਿਆਰ ਕੀਤਾ ਜਾਣਾ ਚਾਹੀਦਾ ਲਚਕਿਲਾ ਹੋਣਾ ਚਾਹੀਦਾ ਜੇਕਰ ਸਮੇ ਨੂੰ ਜੇਕਰ ਲਚਕਿਲਾ ਮੀਨ ਟੂ ਸੇ ਕਿ ਜੇਕਰ ਕਦੇ ਲੋਡ ਪਵੇ ਤਾਂ ਉਸ ਦੇ ਵਿੱਚ ਚੇਂਜਸ ਕਰਨੇ ਪੈਣ ਤਾਂ ਉਹਦੇ ਵਿੱਚ ਚੇਂਜਸ ਕਰ ਦਿੱਤੇ ਜਾਣੇ ਚਾਹੀਦੇ ਨੇ ਠੀਕ ਹੈ ਮਤਲਬ ਐਵੇਂ ਨਹੀਂ ਹੈ ਕਿ ਇਸ ਤਰੀਕੇ ਦਾ ਆਪਾਂ ਸਿਸਟਮ ਤਿਆਰ ਕੀਤਾ ਜਿਹਦੇ ਵਿੱਚ ਆਪਾਂ ਚੇਂਜ ਹੀ ਨਹੀਂ ਕਰ ਸਕਦੇ کافی ਲੰਬੇ ਸਮੇਂ ਤੱਕ ਐਦਾਂ ਨਹੀਂ ਹੋਣਾ ਚਾਹੀਦਾ ਜੇਕਰ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੇਕਰ ਆਪਾਂ ਨੂੰ ਕਿਸੇ ਮਜਬੂਰੀ ਕਾਰਨ ਚੇਂजेस ਕਰਨੇ ਵੀ ਪੈ ਰਹੇ ਨੇ ਤਾਂ ਉਹਨਾਂ ਵਿੱਚ ਚੇਂजेस ਕੀਤੇ ਜਾਣੇ ਚਾਹੀਦੇ ਨੇ ਠੀਕ ਹੈ ਲਚਕੀਲਾ ਹੋਣਾ ਚਾਹੀਦਾ ਹੈ ਅਗਰ ਆਪਾਂ ਗੱਲ ਕਰੀਏ ਸਿੱਖਿਆ ਦੇ ਉਦੇਸ਼ ਨੂੰ ਪੂਰਾ ਕਰਨ ਵਾਲਾ ਹੋਣਾ ਚਾਹੀਦਾ ਠੀਕ ਹੈ ਐਦਾਂ ਨਹੀਂ ਹੈ ਕਿ ਆਪਣੇ ਜੋ ਮੁਲਾਂਕਣ ਹੈ ਉਹਦੇ ਨਾਲ ਆਪਣੇ ਜੋ ਸਿੱਖਿਆ ਦੇ ਉਦੇਸ਼ ਨੇ ਉਹ ਹੀ ਨਹੀਂ ਪੂਰੇ ਹੋ ਰਹੇ ਤਾਂ ਇੱਥੇ ਸਹੀ ਨਹੀਂ ਬੈਠੇਗਾ ਇਹ ਨੈਕਸਟ ਅਗਰ ਆਪਾਂ ਗੱਲ ਕਰੀਏ ਵਿਸਤ੍ਰਿਤ ਤੇ ਵਿਆਪਕਤਾarna ਹੋਣੀ ਚਾਹੀਦੀ ਹੈ ਬਿਲਕੁਲ ਉਹੀ ਆ ਜਾਂਦਾ ਕਿ ਅਸੀਮਿਤ ਹੋਣਾ ਚਾਹੁੰਦਾ ਹੈ ਮੁਲਾਂਕਣ ਵਿੱਚ ਸਾਧਨ ਮੁਲਾਂਕਣ ਕੀ ਹੋਣਾ ਚਾਹੀਦਾ ਹੈ ਸਾਧਨ ਵਜੋਂ ਪ੍ਰਯੋਗ ਕੀਤਾ ਜਾਣਾ ਚਾਹੀਦਾ ਹੈ ਉਦੇਸ਼ ਪਖੋਣੀ ਠੀਕ ਹੈ ਅਗਰ ਬੱਚਾ ਕੋਈ ਸਿੱਖਿਆ ਪ੍ਰਾਪਤ ਕਰ ਰਿਹਾ ਹੈ ਠੀਕ ਹੈ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਉਸਨੇ ਕਿੰਨਾ ਸਿੱਖਿਆ ਹੈ ਇਹ ਜਾਣਨ ਦਾ ਮਾਤ੍ਰਿਕ ਸਾਧਨ ਹੁੰਦਾ ਹੈ ਮੁਲਾਂਕਣ ਆਪਾਂ ਇਸ ਨੂੰ ਉਦੇਸ਼ ਨਹੀਂ ਕਹਿ ਸਕਦੇ ਆਪਾਂ ਸਿੱਖਿਆ ਦੇ ਰਹੇ ਹਾਂ ਠੀਕ ਹੈ ਤਾਂ ਕਿ ਬੱਚਾ ਸਿੱਖ ਸਕੇ ਨਾ ਕਿ ਇਸ ਲਈ ਸਿੱਖਿਆ ਦੇ ਰਹੇ ਹਾਂ ਤਾਂ ਕਿ ਬੱਚਾ ਬੱਚੇ ਦਾ ਮੁਲਾਂਕਣ ਦੇ ਵਿੱਚ ਅੱਛੇ ਗ੍ਰੇਡ ਆ ਸਕੇ ਐਦਾਂ ਨਹੀਂ ਹੋਣਾ ਚਾਹੀਦਾ ਬੱਚੇ ਦੇ ਮੁਲਾਂਕਣ ਨਾਲ ਸਿਰਫ ਆਪਣੀ ਇਹ ਪਤਾ ਹੋਣਾ ਚਾਹੀਦਾ ਮਤਲਬ ਉਹ ਇੱਕ ਮਾਤਰ ਸਾਧਨ ਵਜੋਂ ਯੂਜ਼ ਕੀਤਾ ਜਾਣਾ ਚਾਹੀਦਾ ਨਾ ਕਿ ਉਦੇਸ਼ ਪੱਖੋਂ ਠੀਕ ਹੈ ਤੇ ਇਸ ਗੱਲ ਨੂੰ ਬਹੁਤ ਧਿਆਨ ਵਿੱਚ ਰੱਖਿਓ ਨਿਸ਼ਚਿਤ ਉਦੇਸ਼ ਲਈ ਕਰਾਏ ਗਏ ਕਾਰਜ ਦੀ ਪੂਰਤੀ ਠੀਕ ਹੈ ਦੀ ਸੀਮਾ ਗੈਦ ਕਰਦਾ ਹੈ ਮਤਲਬ ਕੀ ਹੈ ਕਿ ਜੋ ਵੀ ਆਪਾਂ ਕਹਿ ਸਕਦੇ ਆ ਕਿ ਇੱਕ ਲਿਮਿਟ ਜੀ ਤਿਆਰ ਕਰ ਦਿੱਤੀ ਜਾਂਦੀ ਹੈ ਠੀਕ ਹੈ ਜੋ ਆਪਣਾ ਉਦੇਸ਼ ਹੈ ਉਸ ਦੇ ਨਾਲ ਸਿਮਿਤ ਜੋ ਕਾਰਜ ਹੁੰਦੇ ਨੇ ਉਹਨਾਂ ਲਈ ਇੱਕ ਲਿਮਿਟ ਜੀ ਤਿਆਰ ਹੋ ਜਾਂਦੀ ਹੈ ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਇਹ ਸੀਗੇ ਕਿ ਕਿਸ ਤਰੀਕੇ ਦਾ ਜੋ ਆਪਣਾ ਮੁਲਾਂਕਣ ਹੈ ਉਹ ਹੋਣਾ ਚਾਹੀਦਾ ਇੰਪੋਰਟੈਂਟ ਸੀਗੇ ਸਾਰੇ ਪੁਆਇੰਟ ਪੰਜਾਬੀ ਭਾਸ਼ਾ ਸੋਰੀ ਪੰਜਾਬੀ ਭਾਸ਼ਾ ਦੇ ਮੁਲਾਂਕਣ ਦੇ ਸਿਧਾਂਤ ਹੁਣ ਪੰਜਾਬੀ ਭਾਸ਼ਾ ਦੇ ਵਿੱਚ ਮੁਲਾਂਕਣ ਦੇ ਕੀ ਕੀ ਸਿਧਾਂਤ ਨੇ ਦੇਖੋ ਪਹਿਲੀ ਗੱਲ ਤਾਂ ਉਹ ਹੀ ਚੀਜ਼ ਆਗੇ ਕਿ ਲਗਾਤਾਰ ਤੇ ਨਿਰੰਤਰ ਚੱਲਦਾ ਰਹਿੰਦਾ ਜਿੰਨਾ ਟਾਈਮ ਬੱਚਾ ਕੁਝ ਨਾ ਕੁਝ ਸਿੱਖ ਰਿਹਾ ਜੋ ਕੋਈ ਵੀ ਵਿਅਕਤੀ ਕੁਝ ਨਾ ਕੁਝ ਸਿੱਖ ਰਿਹਾ ਉਹਨਾ ਟਾਈਮ ਮੁਲਾਂਕਣ ਹੁੰਦੇ ਰਹਿਣਾ ਚਾਹੀਦਾ ਆਬੇ ਨਹੀਂ ਹੈ ਕਿ 2-3 ਸਾਲ ਲਗਾਤਾਰ ਆਪਾਂ ਨੂੰ ਪਤਾ ਹੀ ਨਹੀਂ ਕਿ ਬੱਚੇ ਨੇ ਕੁਝ ਸਿੱਖਿਆ ਹੈ ਜਾਂ ਨਹੀਂ ਆਪਾਂ ਨੂੰ ਪਤਾ ਹੀ ਨਹੀਂ ਕਿ ਉਹਦੇ ਵਿੱਚ ਕੀ ਕੀ ਚੇਂਜਸ ਆਏ ਨੇ ਬਟ ਆਪਾਂ ਲਰਨਿੰਗ ਉਸ ਨੂੰ ਲਗਾਤਾਰ ਕਰਵਾ ਰਹੇ ਤਾਂ ਇੱਥੇ ਕੀ ਹੋ ਜਾਂਦਾ ਆ ਉਹ ਆਪਾਂ ਨੂੰ ਉਸ ਤਰੀਕੇ ਨਾਲ ਆਪਾਂ ਲਰਨਿੰਗ ਨਹੀਂ ਕਰਵਾ ਸਕਦੇ ਕਿਉਂਕਿ ਆਪਾਂ ਨੂੰ ਉਹਨਾਂ ਦੇ ਵੀਕ ਪੁਆਇੰਟ ਦਾ ਨਹੀਂ ਪਤਾ ਲੱਗਦਾ ਠੀਕ ਹੈ ਤੇ ਇੱਥੇ ਆਪਾਂ ਨੂੰ ਇਸ ਚੀਜ਼ ਦਾ ਪਹਿਲਾ ਸਿਧਾਂਤ ਕੀ ਹੋ ਜਾਂਦਾ ਹੈ ਕਿ ਲਰਨਿੰਗ ਤੇ ਸੌਰੀ ਕੰਟੀਨਿਊਟਿਵ ਜਿਸ ਨੂੰ ਆਪਾਂ ਬੋਲਦੇ ਨੇ ਲਗਾਤਾਰ ਮਤਲਬ ਲਗਾਤਾਰ ਚੱਲਦਾ ਰਹਿਣਾ ਜਾਂ ਨਿਰੰਤਰ ਚੱਲਦਾ ਰਹਿਣਾ ਉਦੇਸ਼ਾ ਦਾ ਸਿਧਾਂਤ ਹੁੰਦਾ ਹੈ ਬਹੁਤ ਸਾਰੇ ਉਦੇਸ਼ ਹੁੰਦੇ ਨੇ ਇਸ ਦੇ ਠੀਕ ਹੈ ਜੀ ਸੰਪੂਰਨ ਦਾ ਸਿਧਾਂਤ ਮਤਲਬ ਕੀ ਹੈ ਇਹਦੇ ਵਿੱਚ ਹਰ ਇੱਕ ਚੀਜ਼ ਹੋਣੀ ਚਾਹੀਦੀ ਹੈ ਪੂਰਾ ਪੂਰਾ ਉਹਨਾਂ ਨੂੰ ਅਨੁਭਵ ਮਿਲਣਾ ਚਾਹੀਦਾ ਉਹਨਾਂ ਦੇ ਗਿਆਨ ਵਿੱਚ ਵਾਧਾ ਹੋਣਾ ਚਾਹੀਦਾ ਉਹਨਾਂ ਦੇ ਕੋਸ਼ਲਾਂ ਦਾ ਵਿਕਾਸ ਹੋਣਾ ਚਾਹੀਦਾ ਹਰ ਇੱਕ ਚੀਜ਼ ਨੂੰ ਨਾਲ ਲੈ ਕੇ ਚੱਲਣਾ ਸੰਪੂਰਨਤਾ ਦਾ ਸਿਧਾਂਤ ਸਿਰਫ ਇੱਕ ਚੀਜ਼ तक ਨਹੀਂ ਸੀਮਿਤ ਰਹਿਣਾ ਗਿਆਨ ਨੂੰ ਕੋਸ਼ਲ ਨੂੰ ਵੀ ਵਿਵਹਾਰ ਨੂੰ ਠੀਕ ਹੈ ਜੀ ਹਰ ਇੱਕ ਚੀਜ਼ ਨੂੰ ਨਾਲ ਲੈ ਕੇ ਚੱਲਣਾ ਉਸ ਤੋਂ ਬਾਅਦ ਅਗਰ ਆਪਾਂ ਕਹੀਏ ਵਿਦਿਆਦਾ ਦਾ ਸਿਧਾਂਤ ਬਿਲਕੁਲ ਵਿਦਿਆਦਾ ਦਾ ਸਿਧਾਂਤ ਹੁੰਦਾ ਹੈ ਮੁਲਾਂਕਣ ਦੀ ਮਦਦ ਨਾਲ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਆਪਾਂ ਕਿਹੜਾ ਮੈਥਡ ਟੀਚਿੰਗ ਲਈ ਯੂਜ਼ ਕਰੀਏ ਜਾਂ ਕਿਹੜੀ ਵਿਧੀ ਨੂੰ ਯੂਜ਼ ਕਰੀਏ ਤਾਂ ਕਿ ਬੱਚੇ ਹੋਰ ਵਧੀਆ ਤਰੀਕੇ ਨਾਲ ਸਿੱਖ ਸਕਣ ਦੇਖੋ ਤੁਸੀਂ ਇੱਕ ਵਾਰੀ ਪਹਿਲੇ ਤਰੀਕੇ ਨਾਲ ਪੜਾਇਆ ਇਹ ਮੈਥਡ ਨਾਲ ਪੜਾਇਆ ਤੁਸੀਂ ਅਬਜ਼ਰਵ ਕੀਤਾ ਕਿ ਬੱਚਿਆਂ ਵਿੱਚ ਸ਼ਾਇਦ ਓਨੇ ਤਰੀਕੇ ਓਨੇ ਵਧੀਆ ਤਰੀਕੇ ਨਾਲ ਨਹੀਂ ਹੋ ਪਾ ਰਹੇ ਓਨੇ ਵਿਧੀ ਤਰੀਕੇ ਨਾਲ ਨਹੀਂ ਸਿੱਖ ਪਾ ਰਹੇ ਜਿਵੇਂ ਨਾਲ ਉਹਨਾਂ ਨੂੰ ਸਿੱਖਣਾ ਚਾਹੀਦਾ ਫਿਰ ਤੁਹਾਨੂੰ ਲੱਗੇ ਕਿ ਇਹ ਮੈਥਡ ਸਹੀ ਨਹੀਂ ਹੈ ਆਪਾਂ ਦੂਸਰਾ ਮੈਥਡ ਅਪਲਾਈ ਕਰ ਤੁਸੀਂ ਇੱਕ ਤਰੀਕੇ ਨਾਲ ਪੜਾਉਣਾ ਸ਼ੁਰੂ ਕੀਤਾ ਇਹ ਮੈਥਡ ਨਾਲ ਪੜਾਉਣਾ ਸ਼ੁਰੂ ਕੀਤਾ ਫਿਰ ਤੁਸੀਂ ਉਹਨਾਂ ਦਾ ਮੁਲਾਂਕਣ ਕਰਕੇ ਦੇਖਿਆ ਕਿਸੇ ਵੀ ਤਰੀਕੇ ਨਾਲ ਐਕਟੀਵਿਟੀ ਕਰਵਾ ਕੇ ਜਾਂ ਜਿਵੇਂ ਵੀ ਤੁਹਾਨੂੰ ਠੀਕ ਲੱਗਿਆ ਮੁਲਾਂਕਣ ਤੁਸੀਂ ਜਦੋਂ ਕੀਤਾ ਤਾਂ ਤੁਸੀਂ ਦੇਖਿਆ ਕਿ ਬੱਚਿਆਂ ਦਾ ਜੋ ਰਿਜ਼ਲਟ ਹੈ ਉਹ ਸਿਰਫ 45% ਹੀ ਹੈ ਠੀਕ ਹੈ ਮਤਲਬ ਬੱਚੇ ਇਹਨਾਂ ਨਹੀਂ ਸਿੱਖ ਪਾਏ ਤੁਹਾਨੂੰ ਲੱਗਿਆ ਕਿ ਇਹ ਮੈਥਡ ਸਹੀ ਨਹੀਂ ਹੈ ਠੀਕ ਹੈ ਤਾਂ ਤੁਸੀਂ ਕੀ ਕੀਤਾ ਬੀ ਮੈਥਡ ਨੂੰ ਯੂਜ਼ ਕੀਤਾ ਮਤਲਬ ਕਿਸੇ ਹੋਰ ਤਰੀਕੇ ਨਾਲ ਐਕਟੀਵਿਟੀਆਂ ਨਾਲ ਜਾਂ ਕੁਐਸਚਨ ਆਨਸਰ ਨਾਲ ਜਾਂ ਬਾਦ ਵਿਵਾਦ ਜੋ ਕੋਈ ਵੀ ਇਦਾਂ ਦਾ ਸੈਕੰਡ ਮੈਥਡ ਲੈ ਕੇ ਉਸ ਨਾਲ ਪੜਾਉਣਾ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਮੁਲਾਂਕਣ ਕੀਤਾ ਤੁਸੀਂ ਦੇਖਿਆ ਕਿ ਬੱਚੇ ਬਹੁਤ ਇੰਟਰਸਟ ਨਾਲ ਸਿੱਖ ਰਹੇ ਨੇ ਤੇ 90% ਤੱਕ ਜੋ ਬੱਚੇ ਨੇ ਉਹ ਬਹੁਤ ਵਧੀਆ ਤਰੀਕੇ ਨਾਲ ਸਿੱਖ ਸਕੇ ਨੇ ਠੀਕ ਹੈ ਤਾਂ ਤੁਹਾਨੂੰ ਇੱਥੇ ਕਲੀਅਰ ਹੋ ਗਿਆ ਕਿ ਕਿਹੜੀ ਵਿਧੀ ਤੁਸੀਂ ਯੂਜ਼ ਕਰਨੀ ਹੈ ਜਾਂ ਕਿਹੜੀ ਵਿਧੀ ਬੱਚਿਆਂ ਲਈ ਜ਼ਿਆਦਾ ਸੂਟੇਬਲ ਹੈ ਤੇ ਇੱਥੇ ਡਿਪੈਂਡ ਕਰ ਜਾਂਦਾ ਹੈ ਕਿ ਮਤਲਬ ਇੱਕ ਸਿਧਾਂਤ ਇਹ ਵੀ ਹੋ ਜਾਂਦਾ ਹੈ ਕਿ ਕਿਹੜੀਆਂ ਵਿਧੀਆਂ ਜਾਂ ਤਰਕੀਬਾਂ ਦਾ ਯੂਜ਼ ਕੀਤਾ ਜਾਵੇ ਠੀਕ ਹੈ ਉਮੀਦ ਹੈ ਕਲੀਅਰ ਹੋ ਗਿਆ ਹੋਵੇਗਾ ਅਗੇ ਅਗਰ ਆਪਾਂ ਗੱਲ ਕਰੀਏ ਫੀਡਬੈਕ ਮਿਲਦੀ ਹੈ ਉਹੀ ਹੈ ਕਿ ਮੁਲਾਂਕਣ ਨਾਲ ਕੀ ਹੁੰਦੀ ਹੈ ਫੀਡਬੈਕ ਮਿਲਦੀ ਹੈ ਅਗਰ ਮੁਲਾਂਕਣ ਕੀਤਾ ਜਾਏਗਾ ਮੁਲਾਂਕਣ ਨਾਲ ਆਪਾਂ ਨੂੰ ਪਤਾ ਲੱਗੇਗਾ ਕਿ ਕਿੰਨਾ ਕੁ ਬੱਚੇ ਬੱਚਿਆਂ ਦੇ ਰਿਸਪੌਂਸ ਬਾਰੇ ਪਤਾ ਲੱਗੇਗਾ ਠੀਕ ਹੈ ਉਸ ਨਾਲ ਬੱਚੇ ਨੂੰ ਖੁਦ ਨੂੰ ਵੀ ਸਟੂਡੈਂਟ ਨੂੰ ਵੀ ਫੀਡਬੈਕ ਮਿਲਦੀ ਹੈ ਔਰ ਟੀਚਰ ਨੂੰ ਵੀ ਫੀਡਬੈਕ ਮਿਲਦੀ ਹੈ ਕਿ ਉਸ ਦੀ ਜੋ ਲਰਨਿੰਗ ਹੈ ਉਸ ਵਿੱਚ ਕਿੱਥੇ-ਕਿੱਥੇ ਕਮੀ ਰਹੀ ਹੈ ਜੋ ਬੱਚੇ ਨੂੰ ਫੀਡਬੈਕ ਮਿਲਦੀ ਹੈ ਕਿ ਉਸਨੇ ਹੋਰ ਕਿਸ-ਕਿਸ ਪੁਆਇੰਟ ਦੇ ਉੱਪਰ ਜ਼ਿਆਦਾ ਜ਼ੋਰ ਦੇਣਾ ਹੈ ਠੀਕ ਹੈ ਤਾਂ ਇਸ ਤਰੀਕੇ ਨਾਲ ਫੀਡਬੈਕ ਦੋਣਾਂ ਲਈ ਮਤਲਬ ਮੁਲਾਂਕਣ ਦਾ ਇੱਕ ਇੰ ਨੈਕਸਟ ਅਗਰ ਆਪਾਂ ਗੱਲ ਕਰੀਏ ਵਿਆਪਕਤਾ ਦਾ ਸਿਧਾਂਤ ਠੀਕ ਹੈ ਵਿਆਪਕਤਾ ਦੇ ਸਿਧਾਂਤ ਦੇ ਵਿੱਚ ਕੀ ਆ ਜਾਂਦਾ ਹੈ ਉਹ ਵਿਆਪਕਤਾ ਦੇ ਸਿਧਾਂਤ ਦੇ ਵਿੱਚ ਆ ਜਾਂਦਾ ਹੈ ਕਿ ਜਮਾਤ ਦੇ ਅੰਦਰ ਬਾਹਰ ਦੀਆਂ ਗਤੀਵਿਧੀਆਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਇਸ ਤਰੀਕੇ ਨਾਲ ਨਹੀਂ ਕਿ ਤੁਸੀਂ ਮਤਲਬ ਇੱਕ ਕਲਾਸਰੂਮ ਦੇ ਵਿੱਚ ਬੱਚੇ ਬੈਠੇ ਹਨ ਤੇ ਉੱਥੇ ਹੀ ਬੁੱਕਸ ਨਾਲ ਉਸ ਨੂੰ ਸਟੱਡੀ ਕਰਵਾ ਦਿੱਤਾ ਜਿੰਨਾ ਹੋ ਸਕੇ ਟੌਪਿਕ ਨੂੰ ਰੀਅਲ ਲਾਈਫ ਨਾਲ ਏਲੀਡ ਕੀਤਾ ਜਾਣਾ ਚਾਹੀਦਾ ਹੈ ਜਾਂ ਫਿਰ ਇਦਾਂ ਦੀਆਂ ਗਤੀਵਿਧੀਆਂ ਕਰਵਾਨੀਆਂ ਚਾਹੀਦੀਆਂ ਹਨ ਜੋ ਕਿਤੇ ਨ ਕਿਤੇ ਕਲਾਸਰੂਮ ਤੋਂ ਬਾਹਰ ਮਤਲਬ ਰੀਅਲ ਲਾਈਫ ਜੋ ਹੈ ਜੋ এনवायरमेंट ਹੈ ਉਸ ਨਾਲ ਲੇਟ ਕਰਕੇ ਸਟੱਡੀ ਕਰਵਾਉਣਾ ਜ਼ਰੂਰੀ ਹੈ ਠੀਕ ਹੈ ਤਾਂ ਬਿਲਕੁਲ ਇਹਦੇ ਵਿੱਚ ਸ਼ਾਮਿਲ ਹੁੰਦਾ ਠੀਕ ਹੈ ਮਤਲਬ ਕਿ ਵਿਆਪਕਤਾ ਦਾ ਸਿਧਾਂਤ ਇਹਦੇ ਵਿੱਚ ਸਿਰਫ ਜਮਾਤ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ ਬਲਕਿ ਹਰ ਇੱਕ ਚੀਜ਼ ਨੂੰ ਇਹਦੇ ਵਿੱਚ ਇਨਕਲੂਡ ਹੋਣਾ ਚਾਹੀਦਾ ਲਾਈਕ ਲਾਇਬ੍ਰੇਰੀਜ਼ ਹੋ ਗਈਆਂ ਗਰਾਊਂਡ ਹੋ ਗਿਆ ਠੀਕ ਹੈ ਜੀ ਅਗਰ ਆਪਾਂ ਕਹੀਏ ਗਲ ਪਾਰਕਸ ਹੋ ਗਏ ਤਾਂ ਹਰ ਇੱਕ ਚੀਜ਼ ਨੂੰ ਇਹਦੇ ਵਿੱਚ ਇਨਕਲੂਡ ਕਰਨਾ ਚਾਹੀਦਾ ਨੈਕਸਟ ਅਗਰ ਆਪਾਂ ਗੱਲ ਕਰੀਏ ਪਹਿਲ ਦਾ ਸਿਧਾਂਤ ਠੀਕ ਹੈ ਸੋਖੇ ਤੋਂ ਔਖੇ ਵੱਲ ਬੱਚਾ ਜਾਂਦਾ ਹੈ ਪਹਿਲਾਂ ਬੱਚੇ ਨੂੰ ਸੋਖਾ ਸਿਖਾਇਆ ਜਾਂਦਾ ਹੈ ਜਦੋਂ ਆਪਾਂ ਨੂੰ ਲੱਗਦਾ ਹੈ ਕਿ ਹਾਂਜੀ ਬੱਚਾ ਇਹ ਚੀਜ਼ ਬਹੁਤ ਚੰਗੀ ਤਰੀਕੇ ਨਾਲ ਕਵਰ ਕਰ ਪਾ ਰਿਹਾ ਹੈ ਤਾਂ ਥੋੜਾ ਥੋੜਾ ਲੈਵਲ ਆਪਾਂ ਹਾਈ ਕਰਦੇ ਜਾਂਦੇ ਹਾਂ ਠੀਕ ਹੈ ਤਾਂ ਸੋਖੇ ਤੋਂ ਔਖੇ ਵੱਲ ਇਸ ਤਰੀਕੇ ਨਾਲ ਨੈਕਸਟ ਅਗਰ ਆਪਾਂ ਗੱਲ ਕਰੀਏ ਯੋਜਨਾਬੰਦੀ ਦਾ ਸਿਧਾਂਤ ਯੋਜਨਾਬੰਦੀ ਇੱਕ ਯੋਜਨਾ ਬਣਾਈ ਜਾਂਦੀ ਹੈ ਮੌਖਿਕ ਤੋਂ ਲਿਖਿਤ ਵੱਲ ਜਾਣ ਦੀ ਤਾਂ ਬਿਲਕੁਲ ਨੈਕਸਟ ਅਗਰ ਆਪਾਂ ਗੱਲ ਕਰੀਏ ਬਾਲ ਕੇਂਦਰ ਤਾਂ ਜੋ ਵੀ ਆਪਣਾ ਮੁਲਾਂਕਣ ਹੋਣਾ ਚਾਹੀਦਾ ਉਹ ਕਿਸ ਦੇ ਸਿਧਾਂਤ ਮਤਲਬ ਕਿ ਕਿਹਨੂੰ ਕੇਂਦਰ ਮੰਨ ਕੇ ਹੋਣਾ ਚਾਹੀਦਾ ਸਟੂਡੈਂਟ ਨੂੰ ਜਾਂ ਬੱਚੇ ਨੂੰ ਕੇਂਦਰ ਮੰਨ ਕੇ ਹੋਣਾ ਚਾਹੀਦਾ ਠੀਕ ਹੈ ਮੁਲਾਂਕਣ ਤੁਸੀਂ ਕਰ ਰਹੇ ਹੋ ਕਿਦੇ ਲਈ ਕਰ ਰਹੇ ਹੋ ਠੀਕ ਹੈ ਮੁਲਾਂਕਣ ਕਿਸ ਤਰੀਕੇ ਦਾ ਹੋਣਾ ਚਾਹੀਦਾ ਬੱਚੇ ਨੂੰ ਧਿਆਨ ਵਿੱਚ ਰੱਖ ਕੇ ਹੋਣਾ ਚਾਹੀਦਾ ਬੱਚੇ ਦੀ ਰੁਚੀ ਦੇ ਅਕੋਰਡਿੰਗ ਰੁਝਾਨ ਦੇ ਅਕੋਰਡਿੰਗ ਉਹਨਾਂ ਦੀ ਕੌਸ਼ਲ ਦਾ ਗਿਆਨ ਸਾਰਾ ਕੁਝ ਉਹਨਾਂ ਦਾ ਧਿਆਨ ਮਤਲਬ ਕਿ ਕੇਂਦਰ ਬਿੰਦੂ ਕੀ ਹੁੰਦਾ ਆਪਣਾ ਸਟੂਡੈਂਟ ਬੱਚਾ ਉਸ ਨੂੰ ਕੇਂਦਰ ਬਿੰਦੂ ਮੰਨ ਕੇ ਅੱਗੇ ਆਪਾਂ ਨੂੰ ਮੁਲਾਂਕਣ ਤਿਆਰ ਕਰਨਾ ਚਾਹੀਦਾ ਹੈ ਠੀਕ ਹੈ ਨੈਕਸਟ ਅਗਰ ਆਪਾਂ ਗੱਲ ਕਰੀਏ ਪ੍ਰਯੋਗ ਦਾ ਸਿਧਾਂਤ ਠੀਕ ਹੈ ਕਿ ਹੁਣ ਪ੍ਰਯੋਗ ਦਾ ਸਿਧਾਂਤ ਇਹ ਹੋਗਾ ਕਿ ਅਗਰ ਬੱਚਾ ਭਾਸ਼ਾ ਸਿੱਖ ਰਿਹਾ ਹੈ ਠੀਕ ਹੈ ਅਗਰ ਕਿਸੇ ਬੱਚੇ ਨੇ ਭਾਸ਼ਾ ਸਿੱਖੀ ਹੈ ਤਾਂ ਉਸ ਨੂੰ ਇਹ ਦੱਸਣਾ ਕਿ ਉਸਨੇ ਭਾਸ਼ਾ ਨੂੰ ਯੂਜ਼ ਕਿੱਥੇ ਕਰਨਾ ਹੈ ਕਿਸ ਤਰੀਕੇ ਨਾਲ ਯੂਜ਼ ਕਰਨਾ ਹੈ ਰੀਅਲ ਲਾਈਫ ਦੇ ਵਿੱਚ ਕਿਵੇਂ ਯੂਜ਼ ਕਰਨਾ ਹੈ ਠੀਕ ਹੈ ਤਾਂ ਕਿਵੇਂ ਉਸ ਨੂੰ ਪ੍ਰਯੋਗ ਕੀਤਾ ਜਾ ਸਕਦਾ ਹੈ ਉਹ ਸਾਰਾ ਕੁਝ ਸਿਖਾਣਾ ਠੀਕ ਹੈ ਅੱਗੇ ਅਗਰ ਆਪਾਂ ਗੱਲ ਕਰੀਏ ਸੁਤੰਤਰ ਅਤੇ ਸਵੈ ਵਿਸ਼ਵਾਸ ਦਾ ਸਿਧਾਂਤ ਮਤਲਬ ਬੱਚਾ ਜਦੋਂ ਸਿੱਖ ਲੈਂਦਾ ਹੈ ਤਾਂ ਉਸ ਨੂੰ ਉਸ ਵਿੱਚ ਜੋ ਕੌਨਫੀਡੈਂਸ ਹੈ ਉਹ ਆਉਣਾ ਜ਼ਰੂਰੀ ਹੈ ਠੀਕ ਹੈ ਔਰ ਮੁਲਾਂਕਣ ਲਈ ਜ਼ਰੂਰੀ ਹੈ ਤਾਂ ਬਿਲਕੁਲ ਉਸ ਵਿੱਚ ਜੋ ਸਵੈ ਵਿਸ਼ਵਾਸ ਉਹ ਪੈਦਾ ਹੁੰਦਾ ਹੈ ਜਦੋਂ ਮੁਲਾਂਕਣ ਦੇ ਵਿੱਚ ਉਹ ਆਪਣੇ ਆਪ ਨੂੰ ਅਬਜ਼ਰਵ ਕਰਦਾ ਹੈ ਕਿ ਹਾਂ ਜ ਉਸਨੇ ਬਹੁਤ ਅੱਛੇ ਤਰੀਕੇ ਨਾਲ ਸਭ ਕੁਝ ਸਿੱਖਿਆ ਹੈ ਤਾਂ ਕੌਨਫੀਡੈਂਸ ਉਸ ਦਾ ਬਿਲਡ ਅਪ ਹੁੰਦਾ ਹੈ ਠੀਕ ਹੈ ਨੈਕਸਟ ਅਗਰ ਆਪਾਂ ਗੱਲ ਕਰੀ ਤੇ ਇਹ ਬਹੁਤ ਇੰਪੋਰਟੈਂਟ ਸੀ ਸਾਰੇ ਸਿਧਾਂਤ ਸੀ ਜੋ ਕਿ ਦਿੱਲੀ ਸੀ ਮੁਲਾਂਕਣ ਲਈ ਸੀ ਠੀਕ ਹੈ ਇੰਪੋਰਟੈਂਟ ਸੀਗੇ ਸਾਰੇ ਉਮੀਦ ਹੈ ਤੁਹਾਨੂੰ ਕਲੀਅਰ ਹੋ ਗਏ ਹੋਣਗੇ ਨੈਕਸਟ ਅਗਰ ਆਪਾਂ ਗੱਲ ਕਰੀ ਉਸ ਤੋਂ ਬਾਅਦ ਹੈ ਵਰਤਮਾਨ ਮੁਲਾਂਕਣ ਦੀਆਂ ਕਮੀਆਂ ਕੀ ਨੇ ਅੱਜ ਦੇ ਮੁਲਾਂਕਣ ਦੇ ਵਿੱਚ ਜੋ દોਸ਼ ਨੇ ਜਾਂ ਕਮੀਆਂ ਨੇ ਉਹਨਾਂ ਨੂੰ ਦੇਖ ਰਿਹਾ ਦੇਖੋ ਬੋਧਿਕ ਵਿਕਾਸ ਦੇ ਉੱਪਰ ਅधिक ਜ਼ੋਰ ਦਿੱਤਾ ਜਾ ਰਿਹਾ ਹੈ ਯਾਦ ਕਰਨਾ ਰੱਟਾ ਲਗਾਉਣਾ ਇਹਨਾਂ ਚੀਜ਼ਾਂ ਉੱਪਰ ਜ਼ਿਆਦਾ ਫੋਕਸ ਕੀਤਾ ਜਾ ਰਿਹਾ ਹੈ ਕੰਪੈਰੀਜ਼ਨ ਦੇਨ ਕੁਝ ਸਿਖਾਇਆ ਜਾਵੇ ਠੀਕ ਹੈ ਮਤਲਬ ਕੀ ਹੈ ਕਿ ਸਰੀਰਿਕ ਹੋ ਗਿਆ ਸਮਾਜਿਕ ਪੱਖ ਇਹਨਾਂ ਚੀਜ਼ਾਂ ਦੇ ਉੱਪਰ ਜ਼ਿਆਦਾ ਧਿਆਨ ਦਿੱਤਾ ਹੀ ਨਹੀਂ ਜਾ ਰਿਹਾ ਜਦ ਆਪਾਂ ਕਹਿ ਸਕਦੇ ਕਿ ਨਾਲ ਦੇ ਬਰਾਬਰ ਹੀ ਧਿਆਨ ਦਿੱਤਾ ਜਾ ਰਿਹਾ ਕਿ ਬੱਚੇ ਦੀ ਫਿਜ਼ੀਕਲ ਫਿਟਨੈਸ ਕਿੱਦਾਂ ਦੀ ਹੈ ਜਾਂ ਫਿਰ ਬੱਚਾ ਸਿੱਖ ਵੀ ਕੁਝ ਪਾ ਰਿਹਾ ਹੈ ਜਾਂ ਨਹੀਂ ਬੱਚਾ ਕਲਾਸ ਦੇ ਵਿੱਚ ਕਿਵੇਂ ਬਿਹੇਵ ਕਰ ਰਿਹਾ ਹੈ ਸੋਸਾਇਟੀ ਦੇ ਵਿੱਚ ਵੱਡਿਆਂ ਨਾਲ ਕਿਵੇਂ ਬਿਹੇਵ ਕਰ ਰਿਹਾ ਹੈ ਸਮਾਜਿਕ ਪੱਖ ਕਿਸ ਤਰੀਕੇ ਦਾ ਉਸਦਾ ਠੀਕ ਹੈ ਤਾਂ ਵਿਵਹਾਰ ਕਿਸ ਤਰੀਕੇ ਨਾਲ ਕਰ ਰਿਹਾ ਇਹਨਾਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਨਾ ਕਾਰ ਦਿੱਤਾ ਜਾਂਦਾ ਅਜੇ ਮੁਲਾਂਕਣ ਦੇ ਵਿੱਚ ਕਿਉਂਕਿ ਅਜੇ ਮੁਲਾਂਕਣ ਆਪਾਂ ਦੇਖ ਰਹੇ ਹਾਂ ਕਿਤੇ ਨਾ ਕਿਤੇ ਪ੍ਰੀਖਿਆ ਦੀ ਤਰ੍ਹਾਂ ਇੱਕ ਪਾਠਕ੍ਰਮ ਤੱਕ ਸੀਮਿਤ ਰਹਿ ਗਿਆ ਜੋ ਕਿ ਨਹੀਂ ਹੋਣਾ ਰਟਾ ਲਗਾਉਣ ਦੇ ਉੱਪਰ ਅਧਿਕ ਜ਼ੋਰ ਬਿਲਕੁਲ ਜੇਕਰ ਬੱਚੇ ਨੂੰ ਇੰਨਾ ਹੀ ਮਤਲਬ ਅਜੇ ਟਾਈਮ ਦੇ ਵਿੱਚ ਕੀ ਹੁੰਦਾ ਤੁਸੀਂ ਅਬਜ਼ਰਵ ਕੀਤਾ ਹੋਏਗਾ ਕਿ ਬੱਚੇ ਨੂੰ ਹੁੰਦਾ ਕਿ ਇਗਜ਼ਾਮ ਫਟਾਫਟ ਕਲੀਅਰ ਕਰ ਲੀਏ ਨੈਕਸਟ ਸਟੈਂਡਰਡ ਦੇ ਵਿੱਚ ਹੋ ਜਾਈਏ ਠੀਕ ਹੈ ਉਹਨੂੰ ਇਗਜ਼ਾਮ ਸਿੱਖ ਕੇ ਕਲੀਅਰ ਕਰਨਾ ਹੈ ਜਾਂ ਰਟਾ ਲਗਾ ਕੇ ਕਲੀਅਰ ਕਰਨਾ ਹੈ ਕਿਸ ਤਰੀਕੇ ਨਾਲ ਕਲੀਅਰ ਕਰਨਾ ਹੈ ਉਹਨਾਂ ਬਾਰੇ ਬੱਚਾ ਜ਼ਿਆਦਾ ਨਹੀਂ ਸੋਚਦਾ ਮਤਲਬ ਕਿਤੇ ਨਾ ਕਿਤੇ ਅਧਿਕ ਜ਼ੋਰ ਕਿੱਥੇ ਮਿਲ ਰਿਹਾ ਉਹਨਾਂ ਨੂੰ ਰਟਾ ਲਗਾਉਣ ਦੇ ਉੱਪਰ ਮਿਲ ਰਿਹਾ ਠੀਕ ਹੈ ਤਾਂ ਅਧਿਕ ਜ਼ੋਰ ਰਟਾ ਲਗਾਉਣ ਦੇ ਉੱਪਰ ਲਗਾ ਰਹੇ ਨੇ ਕਿਉਂਕਿ ਉਹਨਾਂ ਨੂੰ ਇਦਾਂ ਹੈ ਕਿ ਸਿੱਖਣ ਦੀ ਅ ਮਤਲਬ ਪ੍ਰੀਖਿਆਵਾਂ ਦੇ ਵਿੱਚੋਂ ਸਿੱਖਣ ਦੀ ਬਜਾਏ ਰੱਟਾ ਲਗਾ ਰਹੇ ਨੇ ਪ੍ਰੀਖਿਆਵਾਂ ਨੂੰ ਕਲੀਅਰ ਕਰਨ ਦੇ ਲਈ ਜੋ ਕਿ ਸਹੀ ਨਹੀਂ ਹੈ ਭਾਸ਼ਾ ਪਰ ਭਾਸ਼ਾ ਦੇ ਗਿਆਨ ਦੀ ਪਰਖ ਸੌਰੀ ਜਿਹੜੀ ਭਾਸ਼ਾ ਹੁੰਦੀ ਹੈ ਉਸ ਦੇ ਨਾਲ ਕੀ ਹੁੰਦਾ ਗਿਆਨ ਦੀ ਪਰਖ ਤਾਂ ਹੋ ਜਾਂਦੀ ਹੈ ਪਰ ਕੋਸ਼ਲਾਂ ਦੀ ਜਾਂਚ ਨਹੀਂ ਕੀਤੀ ਜਾਂਦੀ ਠੀਕ ਹੈ ਪਾਸ਼ਾ ਸਿਖਾਈ ਜਾਂਦੀ ਹੈ ਬੱਚਿਆਂ ਨੂੰ 노 ਡਾਊਟ ਬਟ ਪਾਸ਼ਾ ਦੇ ਜੋ ਕੁਐਸਚਨ ਨੇ ਉਹਨਾਂ ਦੀ ਜਾਂਚ ਨਹੀਂ ਕੀਤੀ ਜਾਂਦੀ ਹੁਣ ਪਾਸ਼ਾ ਦੇ ਚਾਰ ਕੁਐਸਚਨ ਹੁੰਦੇ ਨੇ ਸਪੀਕਿੰਗ ਰੀਡਿੰਗ ਰਾਈਟਿੰਗ ਔਰ ਲਿਸਨਿੰਗ ਠੀਕ ਹੈ ਤੇ ਇਹ ਚਾਰ ਕੁਐਸਚਨ ਹੁੰਦੇ ਨੇ ਸੁੰਨਾ ਬੋਲਣਾ ਲਿਖਣਾ ਤੇ ਪੜ੍ਹਨਾ ਇਹਨਾਂ ਚਾਰਾਂ ਦੀ ਕਿਤੇ ਨਾ ਕਿਤੇ ਜਾਂਚ ਉਸ ਤਰੀਕੇ ਨਾਲ ਨਹੀਂ ਕੀਤੀ ਜਾਂਦੀ ਠੀਕ ਹੈ ਪਾਠਕ੍ਰਮ ਦੇ ਉੱਪਰ ਅਧਿਕ ਜ਼ੋਰ ਦਿੱਤਾ ਜਾ ਰਿਹਾ ਬਿਲਕੁਲ ਉਹੀ ਚੀਜ਼ ਆ ਜਾਂਦੀ ਹੈ ਦੁਬਾਰਾ ਕਿ ਬਾਕੀ ਗਤੀਵਿਧੀਆਂ ਨੂੰ ਕਿਤੇ ਨਾ ਕਿਤੇ ਨਕਾਰ ਹੀ ਦਿੱਤਾ ਗਿਆ ਬੱਚਿਆਂ ਦੀ ਸਿਹਤ ਦੇ ਉੱਪਰ ਬੁਰਾ ਅਸਰ ਪੈ ਰਿਹਾ ਜਦੋਂ ਫਿਜ਼ੀਕਲ ਆਪਾਂ ਕਹਿ ਸਕਦੇ ਆ ਕਿ ਫਿਜ਼ੀਕਲ ਫਿਟਨੈਸ ਅੱਜ ਕੱਲ ਘਟ ਦਿਖ ਰਹੀ ਹੈ ਬਟ ਮਾਨਸਿਕ ਲੈਵਲ ਦੇ ਉੱਪਰ ਸਟ्रेस ਜੋ ਹੈ ਉਹ ਬੱਚਿਆਂ ਦੇ ਉੱਪਰ ਜ਼ਿਆਦਾ ਨਜ਼ਰ ਆ ਰਿਹਾ ਹੈ ਜਿਸ ਦੇ ਕਰਕੇ ਉਹ ਬਹੁਤ سارے ਬੱਚਿਆਂ ਦੇ ਉੱਪਰ ਸਿਹਤ ਦੇ ਉੱਪਰ ਵੀ ਬੁਰਾ ਅਸਰ ਪੈ ਰਿਹਾ ਹੈ ਠੀਕ ਹੈ ਤਾਂ ਇਹ ਕੁਝ દોਸ਼ ਤੇ ਕਮੀਆਂ ਸੀ ਜੋ ਕਿ ਬਿਲਕੁਲ ਆਮ ਆਪਾਂ ਦੇਖ ਪਾਣੇ ਆ ਅਸ ਦੇ ਮੁਲਾਂਕਣ ਦੇ ਵਿੱਚ ਨੈਕਸਟ ਅਗਰ ਆਪਾਂ ਗੱਲ ਕਰੀਏ ਮੁਲਾਂਕਣ ਦੇ ਦੋਸ਼ਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ ਹੁਣ ਇਹਨਾਂ ਨੂੰ ਦੂਰ ਕਿਵੇਂ ਕਰ ਸਕਦੇ ਆ ਆਪਾਂ बोलन दी कौशल दी परीक्षा ਦੇਖੋ ਤੁਸੀਂ ਅਗਰ ਕਿਸੇ ਫੋਰ ਐਗਜ਼ਾਮਪਲ ਪੰਜਾਬੀ ਦਾ ਆਪਾਂ ਮੁਲਾਂਕਣ ਕਰਨਾ ਹੈ ਕਿ ਬੱਚੇ ਨੇ ਪੰਜਾਬੀ ਕਿੰਨੀ ਸਿੱਖੀ ਤਾਂ ਸਿਰਫ ਲਿਖਣ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ ਕਿ ਆਹ ਕੁਐਸਚਨ ਕਿਤੇ ਸੀ ਇਹਨਾਂ ਨੂੰ ਲਿਖਿਆ ਟੈਸਟ ਲਿਆ ਤੇ ਮੁਲਾਂਕਣ ਹੋ ਗਿਆ ਬਿਲਕੁਲ ਨਹੀਂ ਤੁਸੀਂ ਭਾਸ਼ਾ ਸਿਖਾ ਰਹੇ ਹੋ ਅਗਰ ਕਿਸੇ ਬੱਚੇ ਨੂੰ ਜਾਂ ਕਿਸੇ ਜਮਾਤ ਦੇ ਵਿੱਚ ਕਿਸੇ ਸਕੂਲ ਦੇ ਵਿੱਚ ਤੁਸੀਂ ਭਾਸ਼ਾ ਸਿਖਾ ਰਹੇ ਹੋ ਤਾਂ ਉੱਥੇ ਤੁਹਾਡਾ ਬੱਚਾ ਬੋਲਣ ਦੇ ਵਿੱਚ ਕਿਵੇਂ ਹੈ ਪੜਨ ਦੇ ਵਿੱਚ ਕਿਵੇਂ ਹੈ ਉਸ ਦੀ ਸ਼ਬਦਾਵਲੀ ਕਿਵੇਂ ਹੈ ਉਸ ਉਹ ਲਿਖ ਸਹੀ ਤਰੀਕੇ ਨਾਲ ਰਿਹਾ ਹੈ ਜਾਨੀ ਮਤਲਬ ਕੀ ਹੈ ਕਿ ਚਾਰੋਂ ਦੇ ਚਾਰੋਂ ਕੋਸ਼ਲ ਉੱਪਰ ਬਰਾਬਰ ਦਾ ਧਿਆਨ ਹੋਣਾ ਚਾਹੀਦਾ ਹੈ ਠੀਕ ਹੈ ਤਾਂ ਬੱਚੇ ਦਾ ਮੁਲਾਂਕਣ ਇਸ ਤਰੀਕੇ ਨਾਲ ਹੋਣਾ ਚਾਹੀਦਾ ਕਿ ਉਸ ਦਾ ਪੜਨਾ ਉਹ ਕਿਸ ਤਰੀਕੇ ਨਾਲ ਪੜ ਰਿਹਾ ਹੈ ਠੀਕ ਹੈ ਉਹ ਸਹੀ ਪੜ ਰਿਹਾ ਹੈ ਜਾਂ ਨਹੀਂ ਪੜ ਰਿਹਾ ਠੀਕ ਹੈ ਉਹ ਬੋਲ ਸਹੀ ਰਿਹਾ ਹੈ ਭਾਸ਼ਾ ਨੂੰ ਜਾਂ ਨਹੀਂ ਬੋਲ ਰਿਹਾ ਉਹ ਸੁਣ ਸਹੀ ਰਿਹਾ ਹੈ ਭਾਸ਼ਾ ਨੂੰ ਜਾਂ ਨਹੀਂ ਜਿਵੇਂ ਡਿਕਟੇਸ਼ਨ ਵਗੈਰਾ ਨਾਲ ਆਪਾਂ ਸੁਣਨ ਦੀ ਕਹਿ ਸਕਦਾ ਕਿ ਚੱਕਰ ਸਕਦੇ ਆ ਸੁਨਣ ਕੋਸ਼ਲ ਨੂੰ ਠੀਕ ਹੈ ਤੇ ਲਿਖਤ ਪ੍ਰਖਿਆ ਤਾਂ ਹੁੰਦੀ ਹੀ ਹੁੰਦੀ ਹੈ ਠੀਕ ਹੈ ਤਾਂ ਬਿਲਕੁਲ ਇਹ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹਰੇਕ ਕੋਸ਼ਲ ਨੂੰ ਧਿਆਨ ਵਿੱਚ ਰੱਖਣਾ ਹੈ ਬੱਚਾ ਖੁਦ ਰਚਨਾ ਕਰ ਪਾ ਰਿਹਾ ਹੈ ਜਾਂ ਨਹੀਂ ਰੱਟੇ ਦੀ ਬਜਾਏ ਬੱਚਾ ਖੁਦ ਕਿੰਨਾ ਕੁ ਕਰ ਪਾ ਰਿਹਾ ਉਸ ਚੀਜ਼ ਵੱਲ ਤਾਂ ਰਚਨਾ ਕੋਸ਼ਲ ਦਾ ਵੀ ਇੱਥੇ ਧਿਆਨ ਦੇਣਾ ਚਾਹੀਦਾ ਹੈ ਨੈਕਸਟ ਅਗਰ ਆਪਾਂ ਗੱਲ ਕਰਿਆ ਬੱਚੇ ਨੇ ਪੱਦਰ ਦੇ ਅਨੁਸਾਰ ਹੋਣਾ ਚਾਹੀਦਾ ਠੀਕ ਹੈ ਮਾਨਸਿਕ ਪੱਦਰ ਦੇ ਅਕੋਰਡਿੰਗ ਹੋਣਾ ਚਾਹੀਦਾ ਠੀਕ ਹੈ ਜਿਸ ਤਰੀਕੇ ਦੇ ਬੱਚੇ ਹਨ ਉਸ ਤਰੀਕੇ ਦਾ ਹੋਣਾ ਚਾਹੀਦਾ ਫੋਰ ਐਗਜ਼ਾਮਪਲ ਜੇ ਛੋਟੇ ਪ੍ਰਾਇਮਰੀ ਪੱਧਰ ਦੇ ਵਿੱਚ ਜ਼ਿਆਦਾ ਜ਼ੋਰ ਨਹੀਂ ਦੇਣਾ ਚਾਹੀਦਾ ਗ੍ਰਾਮਰ ਤੇ ਹਨ ਜਿਵੇਂ ਜਿਵੇਂ ਬੱਚੇ ਵੱਡੇ ਹੁੰਦੇ ਜਾਂਦੇ ਹਨ ਉਸ ਤਰੀਕੇ ਨਾਲ ਉਹਨਾਂ ਦਾ ਜੋ ਲੈਵਲ ਹੈ ਉਹ ਵੀ ਹਾਈ ਹੁੰਦਾ ਜਾਂਦਾ ਤਾਂ ਬਿਲਕੁਲ ਮਾਨਸਿਕ ਪੱਧਰ ਦੇ ਅਕੋਰਡਿੰਗ ਹੋਣਾ ਚਾਹੀਦਾ ਵਿਆਕਰਨ ਦੀ ਪ੍ਰੀਖਿਆ ਵਿਆਕਰਨ ਦੀ ਪ੍ਰੀਖਿਆ ਜ਼ਰੂਰੀ ਹੈ ਕਿਉਂਕਿ ਗ੍ਰਾਮਰ ਦੇ ਵਿੱਚ ਬੱਚੇ ਕਾਫੀ ਕੁਝ ਰੂਲ ਰੈਗੂਲੇਸ਼ਨਸ ਬੱਚੇ ਅਗਰ گرامر ਵਿਆਕਰਨ ਨਹੀਂ ਪੜਾਂਗੇ ਤਾਂ ਕਿਤਨੇ-ਕਿਤੇ ਜੋ ਭਾਸ਼ਾ ਹੈ ਉਸ ਦੇ ਵਿੱਚ ਵਿਗਾੜ ਆਂਦਾ ਜਾਏਗਾ ਠੀਕ ਹੈ ਤਾਂ ਵਿਆਕਰਨ ਸਿੱਖਣਾ ਜ਼ਰੂਰੀ ਹੈ ਵਿਆਕਰਨ ਦੀ ਪ੍ਰੀਖਿਆ ਵੀ ਜ਼ਰੂਰੀ ਹੈ ਜੋ ਮੁਲਾਂਕਣ ਨਿਸ਼ਚਿਤ ਵੀ ਹੋਣਾ ਚਾਹੀਦਾ ਨਿਬੰਧਾਤਮਕ ਵੀ ਹੋਣਾ ਚਾਹੀਦਾ ਨਿਸ਼ਚਿਤ ਮੀਨ ਟੂ ਸੇ एमसीक्यू ਛੋਟੇ ਆਪਾਂ ਕਹਿ ਦਿੰਦੇ ਆ ਛੋਟੇ 1-1 ਨੰਬਰ ਵਾਲੇ 2-2 ਨੰਬਰ ਵਾਲੇ ਜੋ ਹੁੰਦੇ ਆ ਨਿਬੰਧਾਤਮਕ ਜਿਹਦੇ ਵਿੱਚ ਐਸੇ ਹੋ ਗਿਆ ਜਾਂ ਫਿਰ ਜਿਹਦੇ ਵਿੱਚ ਇੱਕ ਪੂਰਾ ਨਿਬੰਧ ਲਿਖਣਾ ਪੈਂਦਾ ਠੀਕ ਹੈ ਤਾਂ ਦੋਨੋਂ ਤਰ੍ਹਾਂ ਦੀ ਪ੍ਰੀਖਿਆ ਹੋਣੀ ਚਾਹੀਦੀ ਕਿ ਕਿਸੇ ਇੱਕ ਉੱਪਰ ਜ਼ਿਆਦਾ ਜ਼ੋਰ ਨਹੀਂ ਦੇਣਾ ਚਾਹੀਦਾ ਉਮੀਦ ਹੈ ਸਾਰੇ ਪੁਆਇੰਟ ਤੁਹਾਨੂੰ ਕਲੀਅਰ ਹੋ ਗਏ ਹੋਣਗੇ ਜਿਹਦੇ ਵਿੱਚ ਆਪਾਂ ਪੜਿਆ ਕਿ ਜੋ ਬਤਾਵਨ ਨੂੰ ਸੋਰੀ ਵਰਤਮਾਨ ਮੁਲਾਂਕਣ ਹੈ ਉਸ ਦੀਆਂ ਦੂਰੀਆਂ ਨੂੰ ਦੋਸ਼ਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਅੱਗੇ ਜਾਂਦਾ ਜੀ ਮੁਲਾਂਕਣ ਦਾ ਮਹੱਤਵ ਕੀ ਹੈ ਮੁਲਾਂਕਣ ਦਾ ਲਾਭ ਕੀ ਹੈ ਮੁਲਾਂਕਣ ਦੇ ਕੀ ਕੀ ਲਾਭ ਹੁੰਦੇ ਆ ਆਪਾਂ ਨੂੰ ਪਾਸ਼ਾ ਕੋਸ਼ਲ ਵਿੱਚ ਨਿਪੁੰਤਾ ਦੀ ਜਾਂਚ ਹੁੰਦੀ ਹੈ ਬੱਚੇ ਨੇ ਪਾਸ਼ਾ ਸਿੱਖਿਆ ਅਗਰ ਉਸ ਦਾ ਮੁਲਾਂਕਣ ਕੀਤਾ ਜਾਏਗਾ ਆਪਾਂ ਦੇਖਾਂਗੇ ਕਿ ਬੱਚਾ ਪੜ੍ਹ ਸਹੀ ਰਿਹਾ ਹੈ ਜਾਂ ਮਤਲਬ ਉਸ ਨੂੰ ਆਪਾਂ ਚੈੱਕ ਕਰਾਂਗੇ ਉਸ ਦੀ ਜਜ ਕਰਾਂਗੇ ਥੋੜਾ ਬਹੁਤ ਤਾਂ ਬਿਲਕੁਲ ਉਸ ਦੀ ਨਿਪੁੰਤਾ ਦੀ ਜਾਂਚ ਹੁੰਦੀ ਹੈ ਆਪਾਂ ਨੂੰ ਵੀਕ ਪੁਆਇੰਟ ਮਿਲ ਜਾਂਦੇ ਨੇ ਕਿ ਹਾਂਜੀ ਇਹਦੀ ਬਾਕੀ ਸਭ ਤਾਂ ਠੀਕ ਹੈ ਬਟੇ ਥੋੜਾ ਜਿਹਾ ਲਿਖਣ ਦੇ ਵਿੱਚ ਗਲਤੀ ਹੈ ਤਾਂ ਆਪਾਂ ਉਸ ਉੱਪਰ ਜ਼ਿਆਦਾ ਥੋੜਾ ਜਿਹਾ ਜ਼ੋਰ ਦਵਾਂਗੇ ਠੀਕ ਹੈ ਤਾਂ ਬਿਲਕੁਲ ਨਿਪੁੰਤਾ ਦੀ ਜਾਂਚ ਹੁੰਦੀ ਹੈ ਸਰਬਪੱਖੀ ਵਿਕਾਸ ਦੀ ਜਾਂਚ ਹੁੰਦੀ ਹੈ ਠੀਕ ਹੈ ਤਾਂ ਮੁਲਾਂਕਣ ਦੇ ਵਿੱਚ ਹਰ ਇੱਕ ਤਰੀਕੇ ਦਾ ਜੋ ਵਿ ਵਿਆਪਕ ਖੇਤਰ ਜਾਂਚਨ ਵਿੱਚ ਸਹਾਇਕ ਹੁੰਦੀ ਹੈ ਠੀਕ ਹੈ ਵਿਆਪਕ ਖੇਤਰ ਮਤਲਬ ਹਰ ਇੱਕ ਪੱਖ ਤੋਂ ਬੱਚਿਆਂ ਦੇ ਗੁਣ ਉਹ ਗੁਣ ਬਾਰੇ ਕੀ ਹੁੰਦਾ ਗਿਆਨ ਹੁੰਦਾ ਹੁਣ ਅਗਰ ਆਪਾਂ ਹਰ ਇੱਕ ਪੱਖ ਨੂੰ ਧਿਆਨ ਵਿੱਚ ਰੱਖ ਕੇ ਉਹਨਾਂ ਦਾ ਮੁਲਾਂਕਣ ਕਰਾਂਗੇ ਤਾਂ ਆਪਾਂ ਨੂੰ ਪਤਾ ਲੱਗੇਗਾ ਕਿ ਬੱਚੇ ਦੇ ਵਿੱਚ ਕੁਆਲਿਟੀਸ ਕਿਹੜੇ-ਕਿਹੜੇ ਨੇ ਡਿਸ ਕੁਆਲਿਟੀਸ ਕਿਹੜੇ-ਕਿਹੜੇ ਨੇ ਔਰ ਜੋ ਡਿਸ ਕੁਆਲਿਟੀਸ ਨੇ ਉਹਨਾਂ ਨੂੰ ਦੂਰ ਕਰਨ ਲਈ ਥੋੜਾ ਜਿਹਾ ਹੋਰ ਹਾਰਡ ਵਰਕ ਕੀਤਾ ਜਾਏਗਾ ਤਾਂ ਗੁਣ ਉਹ ਗੁਣ ਬਾਰੇ ਆਪਾਂ ਨੂੰ ਨੌਲੇਜ ਮਿਲਦੀ ਹੈ ਜੋ ਸਟੂਡੈਂਟ ਦੀ ਆਪਾਂ ਨੂੰ ਪਤਾ ਵੀ ਹੋਣੀ ਚਾਹੀਦੀ ਹੈ ਠੀਕ ਹੈ ਹੁਸ਼ਿਆਰ ਅਤੇ ਪਛੜੇ ਵਰਗੀਕਰਨ ਦੇ ਵਿੱਚ ਕੀ ਕੀਤਾ ਜਾਏਗਾ ਸੁਧਾਰ ਲਿਆਂਦਾ ਜਾਏਗਾ ਹੁਣ ਜੇਕਰ ਮੁਲਾਂਕਣ ਕੀਤਾ ਜਾਏਗਾ ਤਾਂ ਹੀ ਆਪਾਂ ਨੂੰ ਪਤਾ ਲੱਗੇਗਾ ਕਿ ਕਲਾਸ ਦੇ ਵਿੱਚ ਕੌਣ ਬੱਚਾ ਹੈ ਜਿਸ ਦਾ ਮਾਨਸਿਕ ਪੱਧਰ ਅੱਛਾ ਹੈ ਜਾਂ ਫਿਰ ਜਿਸ ਨੇ ਜਲਦੀ ਸਿੱਖਿਆ ਹੈ ਜਾਂ ਫਿਰ ਜਿਸ ਦਾ ਮਾਨਸਿਕ ਪੱਧਰ ਬਾਕੀ ਸਟੂਡੈਂਟਸ ਨਾਲ ਕੰਪੈਰੀਜ਼ਨ ਥੋੜਾ ਜਿਹਾ ਲੋ ਹੈ ਠੀਕ ਹੈ ਤਾਂ ਕਿ ਉਸ ਉੱਪਰ ਥੋੜਾ ਜਿਆਦਾ ਧਿਆਨ ਦਿੱਤਾ ਜਾ ਸਕੇ ਤਾਂ ਬਿਲਕੁਲ ਇਨਾਂ ਵਿੱਚ ਆਪਾਂ ਨੂੰ ਕੀ ਮਿਲਦਾ ਫਿਰ ਸੁਧਾਰ ਲਿਆਂਦਾ ਮੌਕਾ ਮਿਲਦਾ ਹੈ ਤਾਂ ਹੀ ਪੋਸੀਬਲ ਹੈ ਜੇਕਰ ਆਪਾਂ ਮੁਲਾਂਕਣ ਕਰਾਂਗੇ ਨੈਕਸਟ ਅਗਰ ਆਪਾਂ ਗੱਲ ਕਰਾਂਗੇ ਵਿਅਕਤੀਗਤ ਸਿੱਖਿਆ ਦੇਣ ਵਿੱਚ ਸਹਾਇਕ ਹੁੰਦੀ ਹੈ ਠੀਕ ਹੈ ਮਤਲਬ ਇੱਕ ਬਿਲਕੁਲ ਇੰਡੀਵਿਜੂਅਲ ਸਿੱਖਿਆ ਦੇਣ ਵਿੱਚ ਸਹਾਇਕ ਹੁੰਦੀ ਹੈ ਸਮੂਹਿਕ ਗਤੀ ਮਤਲਬ ਜਿਹੜੀ ਬੋਲਣਾ ਕਿਸ ਤਰੀਕੇ ਨਾਲ ਲਿਖਣਾ ਹੈ ਲਿਖਣਾ ਹੈ ਵਿਚਾਰ ਵਟਾਂਦਰਾ ਕਿਵੇਂ ਕਰਨਾ ਹੈ ਸੈਲਫ ਕੌਨਫੀਡੈਂਸ ਆ ਜਾਂਦਾ ਹੈ ਠੀਕ ਹੈ ਤਾਂ ਇਹਨਾਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਉੱਪਰ ਧਿਆਨ ਦੇਣਾ ਚਾਹੀਦਾ ਸੋਰੀ ਧਿਆਨ ਦਿੱਤਾ ਜਾਂਦਾ ਮਲਾਂਕਨ ਦੇ ਬਾਅਦ ਉਪਚਾਰਿਕ ਸਿੱਖਿਆ ਦੀ ਵਿਵਸਥਾ ਹੁੰਦੀ ਹੈ ਪਾਠਕ੍ਰਮ ਵਿੱਚ ਸੁਧਾਰ ਕੀਤਾ ਜਾਂਦਾ ਠੀਕ ਹੈ ਜੇਕਰ ਆਪਾਂ ਨੂੰ ਲੱਗਦਾ ਹੈ ਕਿ ਪਾਠਕ੍ਰਮ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ ਮੁਲਾਂਕਣ ਤੋਂ ਬਾਅਦ ਕਿ ਇਸ ਇਸ ਪੁਆਇੰਟ ਦੇ ਵਿੱਚ ਇਸ ਇਸ ਪਾਠਕ੍ਰਮ ਦੇ ਇਸ ਇਸ ਪੁਆਇੰਟ ਦੇ ਵਿੱਚ ਇਸ ਇਸ ਟੌਪਿਕ ਦੇ ਵਿੱਚ ਬੱਚੇ ਨੂੰ ਦਿੱਕਤ ਹੈ ਤਾਂ ਉਸ ਨੂੰ ਥੋੜਾ ਸੁਧਾਰ ਕੀਤਾ ਜਾ ਸਕਦਾ ਹੈ ਨੈਕਸਟ ਅਗਰ ਆਪਾਂ ਗੱਲ ਕਰੀਏ ਭਾਸ਼ਾ ਦੇ ਉਦੇਸ਼ਾਂ ਨੂੰ ਸਪਸ਼ਟ ਕਰਨ ਵਿੱਚ ਸਹਾਇਤਾ ਭਾਸ਼ਾ ਦੇ ਜਿਹੜੇ ਉਦੇਸ਼ਨਾਂ ਨੂੰ ਸਪਸ਼ਟ ਕਰਨ ਦੇ ਵਿੱਚ ਕੀ ਕੀਤਾ ਜਾਂਦੀ ਹੈ ਸਹਾਇਤਾ ਕਮੀ ਆਪੇਸ਼ੇਂ ਦੀ ਜਾਂਚ ਕਰਕੇ ਉਹਨਾਂ ਵਿੱਚ ਸੁਧਾਰ ਕਿਤਾ ਬਿਲਕੁਲ ਬੇਸਿਕ ਜਿਹੀਆਂ ਗੱਲਾਂ ਨੇ ਸਾਰੀਆਂ ਮੈਨੂੰ ਲੱਗਦਾ ਇਹਦੇ ਵਿੱਚ ਕੁਝ ਵੀ ਤੁਹਾਨੂੰ ਡਿਫਿਕਲਟੀ ਹੋਏਗੀ ਤੇ ਜਿਹੜੇ ਕਮੀਆਂ ਆਪੇਸ਼ੇਂ ਨੇ ਉਹਨਾਂ ਨੂੰ ਵਿੱਚ ਸੁਧਾਰ ਕਿਵੇਂ ਕੀਤਾ ਜਾਏਗਾ ਹੁਣ ਅਗਰ ਆਪਾਂ ਨੇ ਮੁਲਾਂਕਣ ਕੀਤਾ ਆਪਾਂ ਨੂੰ ਪਤਾ ਲੱਗੇ ਕਿ ਬੱਚਾ ਪਾਸ ਨਹੀਂ ਬੋਲ ਰਿਹਾ ਸਹੀ ਬੋਲ ਰਿਹਾ ਠੀਕ ਹੈ ਆਪਾਂ ਨੂੰ ਪਤਾ ਕਿਵੇਂ ਲੱਗੇਗਾ ਕਿ ਸਹੀ ਨਹੀਂ ਬੋਲ ਰਿਹਾ ਅਗਰ ਚੈੱਕ ਕਰਾਂਗੇ ਮੁਲਾਂਕਣ ਕੀਤਾ ਜਾਏਗਾ ਥੋੜੇ ਬੋਲ ਪ੍ਰੀਖਿਆ ਲਈ ਜਾਏਗੀ ਐਕਟੀਵਿਟੀਜ਼ ਕਰਵਾ ਕੇ ਦੇਖਿਆ ਜਾਣਗੇ ਤਾਂ ਹੀ ਆਪਾਂ ਨੂੰ ਉਹਨਾਂ ਦੀ ਕਮੀਆਂ ਦਾ ਪਤਾ ਲੱਗੇਗਾ ਬਿਲਕੁਲ ਬੇਸਿਕ ਜਿਹੀਆਂ ਸਾਰ ਔਰ ਰੀਅਲ ਲਾਈਫ ਨਾਲ ਥੋੜਾ ਬਹੁਤ ਰਿਲੇਟ ਕਰਕੇ ਦੇਖੋਗੇ ਤਾਂ ਬੜੀ इजीली ਸਾਰਾ ਕੁਝ ਕਲੀਅਰ ਹੋ ਜਾਣਾ ਠੀਕ ਹੈ ਚਲੋ ਫਿਰ ਅ ਅੱਜ ਆਪਾਂ ਪੜਿਆ ਦੇਖ ਲੈਨੇ ਆ ਦੁਬਾਰਾ ਕਿਉਂ ਮੁਲਾਂਕਣ ਕੀ ਹੁੰਦਾ ਹੈ ਕਲੀਅਰ ਮੁਲਾਂਕਣ ਤੇ ਪ੍ਰੀਖਿਆ ਦੇ ਵਿੱਚ ਡਿਫਰੈਂਸ ਦੇਖਿਆ ਮੁਲਾਂਕਣ ਦੀਆਂ ਕਿਹੜੀਆਂ-ਕਿਹੜੀਆਂ ਵਿਸ਼ੇਸ਼ਤਾ ਨੇ ਮੀਨ ਟੂ ਸੇ ਕਿਵੇਂ ਦਾ ਹੋਣਾ ਚਾਹੀਦਾ ਉਹ ਸਾਰਾ ਕੁਝ ਆਪਾਂ ਸਟੱਡੀ ਕੀਤਾ ਆਫਟਰ ਦੈਟ ਆਪਾਂ ਦੇਖਿਆ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੋ ਮੁਲਾਂਕਣ ਹੈ ਉਸ ਦੇ ਸਿਧਾਂਤ ਕਿਹੜੇ-ਕਿਹੜੇ ਨੇ ਠੀਕ ਹੈ ਜੀ ਸਿਧਾਂਤ ਤੋਂ ਬਾਅਦ ਆਪਾਂ ਇਹਨਾਂ ਦੀ ਕਮੀਆਂ ਦੇਖੀਆਂ ਕਮੀਆਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਉਹਦੇ ਬਾਰੇ ਸਟੱਡੀ ਕੀਤਾ ਤੇ ਇਹਦੇ ਲਾਭ ਕੀ ਨੇ ਉਹ ਦੇਖਿਆ ਤਾਂ ਬਹੁਤ ਸਾਰੇ ਇੰਪੋਰਟੈਂਟ ਪੁਆਇੰਟ ਨੇ ਜੋ ਅੱਜ ਆਪਾਂ ਡਿਸਕਸ ਕੀਤੇ ਨੇ ਨੈਕਸਟ ਵੀਡੀਓ ਦੇ ਵਿੱਚ ਇਸ ਟੌਪਿਕ ਨੂੰ ਅੱਗੇ ਕੰਟੀਨਿਊ ਕਰਾਂਗੇ ਔਰ ਵਿਧੀਆਂ ਕਿਹੜੇ-ਕਿਹੜੀਆਂ ਹੁੰਦੀਆਂ ਨੇ ਮੁਲਾਂਕਣ ਦੀਆਂ ਬਹੁਤ ਇੰਪੋਰਟੈਂਟ ਪੁਆਇੰਟ ਹੈ ਕਿ ਮੁਲਾਂਕਣ ਦੀਆਂ ਵਿਧੀਆਂ ਕਿਹੜੀਆਂ-ਕਿਹੜੀਆਂ ਨੇ ਉਹਨਾਂ ਨੂੰ ਡਿਸਕਸ ਕਰਾਂਗੇ ਕੰਟੀਨਿਊ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ ਅੱਜ ਲਈ ਬਸ ਇੰਨਾ ਹੀ ਤਾਂ ਜੇਕਰ ਪਸੰਦ ਆਇਆ ਵੀਡੀਓ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਜੇ ਫਸਟ ਟਾਈਮ ਆ ਰਹੇ ਹੋ ਤਾਂ ਚੈਨਲ ਦੇ ਉੱਪਰ ਹੈਲਪਫੁਲ ਹੋਊਗਾ ਤੁਹਾਡੇ ਲਈ ਤੇ ਸ਼ੇਅਰ ਕਰੋ ਜਤੋਂ ਜ਼ਿਆਦਾ ਜਿਹੜੇ ਟੈਟ ਦੀ ਤਿਆਰੀ ਕਰ ਰਹੇ ਨੇ ਮਦਦਗਾਰ ਹੋਊਗਾ ਠੀਕ ਹੈ ਜੀ ਤਾਂ ਬਿਲਕੁਲ ਅੱਜ ਲਈ ਬਸ ਇੰਨੇ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਵਿਧੀਆਂ ਨੂੰ ਤਾਂ ਚਲੋ ਠੀਕ ਹੈ ਫਿਰ ਅੱਜ ਇੰਨੇ ਹੀ ਕਰਦੇ ਆਂ ਥੈਂਕ ਯੂ